सांझा टीवी देख रहे सारे ही दर्शकों का अज के प्रोग्राम रूह दियां गल्लां दे विच मनजीत कौर कंग वालों प्यार ते सत्कार दे नाल निघा ते हार्दिक स्वागत है। सत श्री अकाल, नमस्कार, आदाब अते सलाम अलैकुम। मैं पंजाब की गल करनी होवे ते पंजाब की धरती नूं पंज दरियावां की धरती भी कहा जांदा है ते किसे समय गुरुआं पीरां पैगंबरां फकीरां की धरती कहा जांदा है, पर मैं कदे कदे सोचती हुंनी आ जिहड़ा अजोका समा है जदों इसने इतिहास बनना है ते शायद पंजाब दी धरती नूं कलाकारां दी धरती वी कहा जाण लगेगा। पर इन्हां कलाकारां दे विच्चों गिणवें चुणवें कलाकार ऐसे हुंदे ने जिहड़े लोकां दी रूह तक कपड़दे हन, लोकां दे दिलां दे दरवाजिआं ते दस्तक दिंदे हन। उन्हां ही कलाकारां दे विच्चों इक ऐसा कलाकार अपने नाल स्टूडियो दे विच मौजूद है जिन्हां दे बारे मैं कहना इस तरह चाहवांगी, असल दे विच जिन्हां नूं लोकां ने माणिआ भी बहुत है पर छाणिआ भी बहुत है, जिन्हों लोकां ने भंडिया भी बहुत है ते चंडिया भी बहुत है। ऐसा ही कलाकार बब्बू मान जिदे नाल गल्लां बातां करदिआं पता ही नहीं लगता कि समा किधर जांदा है, क्योंकि बहुत बारी इन्हां दी इंटरव्यूज दे विच इन्हां दी गल्लबात तों तुसीं अंदाजा ला सकदे हो कि एक सधारण जिहे परिवार दे विचों उठ के दुनिया दे कोने कोने तक अपने आप नूं अपड़ा लैणा शायद ये बब्बू मान दे कर्मां च ही आया। सब तो पहला अज दे प्रोग्राम रूह दीआं गल्लां दे विच ਵੀਰ ਜੀ ਜੀ ਆਇਆਂ ਨੂੰ ਸਵਾਗਤ ਹੈ ਜੀ ਤੁਹਾਡਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੈਨਕੂਵਰ ਦੀ ਧਰਤੀ ਤੇ। ਤੁਸੀਂ ਅਕਸਰ ਆਉਂਦੇ ਰਹਿੰਦੇ ਹੋ ਇੱਥੇ ਵੈਨਕੂਵਰ ਦੀ ਖੂਬਸੂਰਤ ਧਰਤੀ, ਖੂਬਸੂਰਤ ਧਰਤੀ ਤੇ। ਤੇ ਆਪਣਾ ਪ੍ਰੋਗਰਾਮ ਜਿਹੜਾ ਆ ਰਿਹਾ ਜੀ ਪੀਐਨਈ ਕੋਲਸੀਅਮ ਦੇ ਵਿੱਚ 5 ਤਾਰੀਖ ਨੂੰ ਦਿਨ ਸ਼ਨੀਚਰਵਾਰ ਨੂੰ, ਉਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਅਸੀਂ ਸ਼ੁਭੇਸ਼ਾਵਾਂ ਜੀ ਤੁਹਾਨੂੰ। ਉਮੀਦ ਹੈ ਕਿ ਇਹ ਪ੍ਰੋਗਰਾਮ ਤੁਹਾਡਾ ਜਿਹੜਾ ਪੂਰੀ ਤਰ੍ਹਾਂ ਸਕਸੈਸਫੁਲ ਰਹੇਗਾ ਪਹਿਲੇ ਪ੍ਰੋਗਰਾਮਾਂ ਵਾਂਗ ਹੀ। ਤੇ ਅੱਜ ਦੀ ਜਿਹੜੀ ਆਪਣੀ ਗੱਲਬਾਤ ਹੈ, ਕੁਝ ਗੱਲਾਂ ਆਪਾਂ ਤੁਹਾਡੇ ਇਸ ਸ਼ੋਅ ਦੇ ਬਾਰੇ ਵੀ ਕਰਾਂਗੇ, ਪਰ ਜਿਹੜਾ ਹੁਣ ਤੱਕ ਦਾ ਤੁਹਾਡਾ ਸਫ਼ਰ ਹੈ ਗਾਇਕੀ ਦਾ, ਇਹਦੇ ਵਿੱਚ ਮੈਂ ਅਕਸਰ ਸੋਚਦੀ ਰਹਿੰਦੀ ਸੀ ਵੀ ਜਦ ਵੀ ਮੈਂ ਬੱਬੂ ਮਾਨ ਹੋਰਾਂ ਨੂੰ ਮਿਲਾਂਗੀ ਤੇ ਮੈਂ ਸ਼ਾਇਦ ਸਭ ਤੋਂ ਪਹਿਲਾਂ ਇਹੀ ਪੁੱਛਣਾ ਵੀ ਕਦੇ ਸੋਚਿਆ ਸੀ ਤੁਸੀਂ ਵੀ ਤੁਹਾਡਾ ਨਾਂ ਇੰਨੀ ਚਰਚਾ ਦੇ ਵਿੱਚ ਰਹੇਗਾ, ਇੰਨੀ ਚਰਚਾ ਦੇ ਵਿੱਚ ਆਵੋਗੇ ਤੁਸੀਂ? ਜਦੋਂ ਆਪਾਂ ਅਸੀਂ ਛੋਟੇ ਸੀ ਜੀ, ਉਦੋਂ ਇਹ ਤਾਂਘ ਹੁੰਦੀ ਸੀ ਕਿ ਗਾਉਣਾ, ਉਦੋਂ ਇਹ ਨਹੀਂ ਸੀ ਪਤਾ ਕਿ ਇਹ ਮੀਡੀਆ ਇਸ ਤਰ੍ਹਾਂ ਦਾ ਹੋਵੇਗਾ ਜਾਂ ਇਸ ਤਰ੍ਹਾਂ ਦੀ ਦੌੜ ਹੋਵੇਗੀ। ਗਾਉਣ ਦੀ ਤਾਂ ਤਮੰਨਾ ਬਚਪਨ ਤੋਂ ਸੀ, ਇਹ ਤਾਂ ਮਿੱਥਿਆ ਹੋਇਆ ਸੀ ਵੀ ਇਹੀ ਕੰਮ ਕਰ ਸਕਦੇ ਆਪਾਂ, ਹੋਰ ਨਹੀਂ ਕਰ ਸਕਦੇ। ਅੱਛਾ, ਕਿਉਂਕਿ ਖੇਤੀ ਆਪਾਂ ਪਿੰਡਾਂ ਵਾਲੇ ਆ, ਖੇਤੀ ਚ ਜਿਹੜਾ ਤਸ਼ੱਦਦ ਹੁੰਦਾ ਉਹ ਤੋਂ ਬਾਅਦ ਹਰ ਜਵਾਨ ਮੁੰਡਾ ਸੋਚਦਾ ਵੀ ਮੈਂ ਕੋਈ ਹੋਰ ਰੁਜ਼ਗਾਰ ਪਾਲਾ, ਕਿਉਂਕਿ ਖੇਤੀ ਚ ਉਸ ਤਰ੍ਹਾਂ ਦੀਆਂ ਸਹੂਲਤਾਂ ਕਦੇ ਮਿਲੀਆਂ ਹੀ ਨੀ, ਫਸਲ ਪੱਕ ਜਾਂਦੀ ਹੈ, ਗੋਲੇ ਪੈ ਜਾਂਦੇ ਆ। ਆਹ ਮੁੰਡੇ ਦਾ ਇਹੀ ਹੁੰਦਾ ਕਿ ਮੈਂ ਵੱਡਾ ਹੋ ਕੇ ਕੋਈ ਕੈਰੀਅਰ ਬਣਾਉਣਾ। ਜ਼ਿਆਦਾ ਮੇਰੇ ਜਿਹੜੇ ਸੱਜਣ ਮਿੱਤਰ ਸੀ ਉਹਨਾਂ ਦਾ ਥੌਟ ਸੀ ਕਿ ਅਸੀਂ ਬਾਹਰ ਜਾਣਾ, ਮੈਂ ਕਹਿੰਦਾ ਹੁੰਦਾ ਸੀ ਵੀ ਮੈਂ ਏਦਾਂ ਨੀ ਜਾਣਾ ਵੀ ਏਦਾਂ ਲੁੱਕ ਕੇ ਵੀ ਉੱਥੇ ਉਤਰ ਗਏ ਫਿਰ ਡੌਂਕੀ ਲਾ ਲਈ, ਜੇ ਤਾਂ ਸਿੱਧੇ ਹੀ ਉਤਰਾਂਗੇ ਜੀ ਜੀ, ਨਹੀਂ ਤਾਂ ਫਿਰ ਇੱਥੇ ਠੀਕ ਹੈ। ਸੋਚੋ ਜਾਂ ਫਿਰ ਏਦਾਂ ਦਾ ਸੁਭਾਅ ਬਣਾਉਣਾ ਵੀ ਆਉਂਦੇ ਜਾਂਦੇ ਰਹੀਏ, ਕੁਦਰਤ ਦਾ ਜਿੱਦਾਂ ਹੁੰਦਾ ਨਾ ਜਿਵੇਂ ਤੁਸੀਂ ਸੋਚਦੇ ਹੋ ਜ਼ਿੰਦਗੀ ਉਦਾਂ ਢਲਦੀ ਜਾਂਦੀ ਹੈ। ਬੜੇ ਕੁਛ ਕਹਾ, ਕਈ ਚੀਜ਼ਾਂ ਬੜੀਆਂ ਆਪਣੇ ਜਿਹੜੇ ਸਾਡੇ ਕਲਚਰ ਚ ਹੈਗੀਆਂ ਕਿ ਕਈ ਵਾਰੀ ਇਹ ਹੁੰਦਾ ਕਿ ਜਦੋਂ ਤੁਸੀਂ ਕਿਸੇ ਚੀਜ਼ ਦੀ ਤਾਂਘ ਰੱਖਦੇ ਹੋ ਜੇ ਉਦਾਂ ਸੋਚਣ ਲੱਗ ਜਾਓ ਉਦਾਂ ਦਾ ਹੋਣ ਲੱਗ ਜਾਂਦਾ, ਹੋਣ ਲੱਗ ਜਾਂਦਾ। ਬਿਲਕੁਲ ਸਹੀ ਗੱਲ ਹੈ ਤੁਹਾਡੀ, ਹੈ ਨਾ। ਅੱਛਾ, ਅਕਸਰ ਇਹ ਕਿਹਾ ਜਾਂਦਾ ਵੀ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ, ਪਰ ਇਹ ਤੁਸੀਂ ਕਹਾਵਤ ਇਹ ਝੂਠੀ ਸਾਬਤ ਕਰਤੀ। ਤੁਸੀਂ ਦੇਖੋ ਵਿਗਿਆਨਿਕ ਯੁੱਗ ਹੈ, ਆਯੁਰਵੇਦ ਕਿਉਂ ਖਤਮ ਹੋ ਗਿਆ? ਉਹਦੇ ਚ ਗੁਰੂ ਚੇਲੇ ਨੂੰ ਚੀਜ਼ਾਂ ਦੱਸ ਦਿੰਦਾ ਸੀ, ਦਵਾਈਆਂ ਵੀ ਆ ਆ ਆ ਦੇਣੀਆਂ, ਆ ਦੋ ਨੁਸਖੇ ਰੱਖ ਲੈਂਦਾ ਸੀ ਤੇ ਸਦੀਆਂ ਦੇ ਹਿਸਾਬ ਨਾਲ ਆਯੁਰਵੇਦ ਖਤਮ ਹੋ ਗਿਆ। ਔਰ ਜਿਵੇਂ ਜਿਵੇਂ ਦੁਨੀਆ ਖੁੱਲਦੀ ਜਾਂਦੀ ਹੈ ਫਿਰ ਪਤਾ ਲੱਗਦਾ ਜਾਂਦਾ। ਹੁਣ ਜਿੱਦਾਂ ਜਿੱਦਾਂ ਜਹਾਜ਼, ਜਦੋਂ ਖੋਜਾਂ ਕਿੰਨੀਆਂ ਹੋਣੀਆਂ ਸਾਇੰਸ ਚ, ਜਹਾਜ਼ ਜਿਹਨੇ ਬਣਾਇਆ ਉਹਦਾ ਕੋਈ ਗੁਰੂ ਨੀ, ਜਿਹਨੇ ਬੱਲਬ ਬਣਾਇਆ ਉਹਦਾ ਕੋਈ ਗੁਰੂ ਨੀ, ਪਹਿਲ ਤਾਂ ਕੋਈ ਕਰੂਗਾ ਨਾ ਕਿਸੇ ਕੰਮ ਦੀ, ਇਹ ਤਾਂ। ਔਰ ਜਿਸ ਤਰ੍ਹਾਂ ਦੀ ਖੁੱਲੀ ਗੀਤ ਜਿੱਦਾਂ ਆਪਾਂ ਗਾਉਂਦੇ ਹਾਂ ਖੇਤਾਂ ਤੇ ਵੱਟਾ ਬੰਨਿਆ, ਉਹਦੇ ਲਈ ਮੈਨੂੰ ਲੱਗਦੇ ਨੀ ਕਿਸੇ ਉਸਤਾਦ ਦੀ ਲੋੜ ਹੈ। ਅੱਛਾ, ਜਿਵੇਂ ਤੁਸੀਂ ਜਦੋਂ ਸ਼ੁਰੂਆਤ ਕੀਤੀ ਹੈ ਤੇ ਮੇਰੇ ਕੋਲ ਆਪਸ਼ਨ ਸੀ ਕਲਾਸੀਕਲ ਦਾ ਵੀ, ਮੈਂ ਚੰਡੀਗੜ੍ਹ ਰਹਿੰਦਾ ਰਿਹਾ, ਮੇਰੇ ਸਾਹਮਣੇ ਕਾਲਜ ਸੀ, ਮੈਂ ਜਾਂਦਾ ਵੀ ਸੀ, ਪ੍ਰਾਈਵੇਟ ਟੀਚਰ ਵੀ ਮੇਰੇ ਅੱਛਾ ਬੜਾ ਪਿਆਰ ਸੀ ਉਹਨਾਂ ਨੂੰ, ਉੱਥੇ ਹੀ ਬੈਠ ਜਾਂਦਾ ਸੀ ਮੈਂ ਜਾ ਕੇ, ਕਈ ਵਾਰੀ ਗੱਲਾਂ ਗੁੱਲਾਂ ਕਰਦਾ, ਉਹਨਾਂ ਕਹਿਣਾ ਆਹ ਰਾਗ ਭੋਪਾਲੀ ਕਰ ਲੈ, ਮੈਂ ਕਹਿਣਾ ਇਹਦੀ ਲੋੜ ਨੀ ਮੈਨੂੰ, ਕਿਉਂਕਿ ਮੈਂ ਇਸ ਤਰ੍ਹਾਂ ਦੇ ਫਾਰਮੈਟ ਚ ਪੈਣਾ, ਮੇਰੇ ਦਿਮਾਗ ਚ ਪਲੇਬੈਕ ਸਿੰਗਿੰਗ ਸੀ, ਸਮੂਥ ਸਿੱਧੀ ਫੀਲਿੰਗ ਜਿਹਨੂੰ ਕਹਿੰਦੇ ਆਪਾਂ, ਜੀ ਜੀ, ਜੋ ਅੰਦਰੋਂ ਨਿਕਲੇ ਉਹ ਸਾਹਮਣੇ ਹੋਵੇ, ਨਾ ਕਿ ਬਹੁਤ ਹਰਕਤਾਂ ਵਾਲਾ। ਔਰ ਜਿਹੜੀ ਖੇਤਾਂ ਤੇ ਵੱਟਾਂ ਬੰਨਿਆਂ ਦੀ ਗਾਇਕੀ ਆ, ਉਹ ਹਰਕਤਾਂ ਵਾਲੀ ਗਾਇਕੀ ਹੈ ਹੀ ਨਹੀਂ, ਇਸੇ ਕਰਕੇ ਸ਼ਾਇਦ ਕਲਾਸੀਕਲ ਦਾ ਦੌਰ ਅੱਜ ਕਿਉਂ ਘਟ ਗਿਆ, ਕਿਉਂਕਿ ਆਮ ਤੁਹਾਡੇ ਤੋਂ ਤੁਸੀਂ ਇੱਥੇ ਰਹਿੰਦੇ ਹੋ ਵੈਨਕੂਵਰ, ਤੁਹਾਡੀ ਜ਼ਿੰਦਗੀ ਮਸ਼ੀਨ ਹੈ, ਇੱਥੋਂ ਭੱਜਣਾ ਤੁਸੀਂ ਗੱਡੀ ਚ ਬੈਠ ਜਾਣਾ,
ਗਰੋਸਰੀ ਕਰਨੀ ਹੈ ਗੱਡੀ ਚ ਬੈਠ ਜਾਣਾ, ਉੱਥੋਂ ਤੁਸੀਂ ਫੈਮਿਲੀ ਨਾਲ ਪਿਕਨਿਕ ਤੇ ਜਾਣਾ, ਕਾਰ ਚ ਜਾਣਾ, ਤੁਹਾਡੇ ਕੋਲ ਵਕਤ ਕੀ ਹੈ? ਮਿਊਜ਼ਿਕ ਤੁਸੀਂ ਕਦੋਂ ਸੁਣ ਸਕਦੇ ਹੋ? ਜਦੋਂ ਗੱਡੀ ਚ ਬੈਠੇ ਹੋ। ਇੰਨਾ ਵਕਤ ਹੀ ਨਹੀਂ ਹੈ, ਸੁਣਨ ਵਾਲੇ ਕੋਲ ਇੰਨਾ ਵਕਤ ਹੀ ਨਹੀਂ ਰਿਹਾ। ਹੁਣ ਬਦਲਦੀ ਦੁਨੀਆਂ ਨਾਲ ਬਹੁਤ ਚੀਜ਼ਾਂ ਬਦਲਦੀਆਂ ਜਾਂਦੀਆਂ। ਰਾਜੇ ਮਹਾਰਾਜੇ ਬੈਠਦੇ ਸੀ, ਦਰਬਾਰ ਲੱਗਦੇ ਸੀ ਤੇ ਉੱਥੇ ਰਾਗ ਚੱਲਦੇ ਰਹਿੰਦੇ ਸੀ, ਤੂੰ ਜਨਤਾ ਸੁਣਦੀ ਰਹਿੰਦੀ ਸੀ। ਆਮ ਤਾਂ ਖੈਰ ਨਹੀਂ ਹੁੰਦੀ ਹੋਣੀ, ਉਦੋਂ ਖਾਸ ਹੀ ਸੁਣਦੇ ਸੀ। ਇਹ ਖੇਤਾਂ ਦੀ ਗਾਇਕੀ ਹੈ, ਜਿੱਦਾਂ ਅਫਰੀਕਾ ਦੇ ਖੇਤਾਂ ਚੋਂ ਨਿਕਲੇ ਕਈ ਡਾਂਸ ਤੇ ਗੀਤ, ਏਦਾਂ ਹੀ ਸਾਡੇ ਖੇਤਾਂ ਦੀ ਗਾਇਕੀ ਹੈ। ਇਹਦੇ ਚ ਸੋਹਜ ਹੁੰਦਾ। ਪਰ ਫਿਰ ਵੀ ਤੁਹਾਡੀ ਜਦੋਂ ਗਾਇਕੀ ਦਾ ਸ਼ੁਰੂ, ਮਤਲਬ ਦੌਰ ਹੈ ਜਿਹੜਾ ਸ਼ੁਰੂ ਹੋਇਆ ਜਦੋਂ ਤੁਸੀਂ ਗਾਉਣ ਲੱਗੇ ਆ, ਇੱਕ ਮਨ ਦੇ ਵਿੱਚ ਕੋਈ ਨਾ ਕੋਈ ਧੁੜਕੂ ਸੀਗਾ ਵੀ ਮੈਂ ਬਿਨਾਂ ਸਿੱਖੇ ਤੋਂ ਗਾਉਣ ਲੱਗਿਆ? ਨਹੀਂ ਨਹੀਂ, ਏਦਾਂ ਦਾ ਕੁਛ ਨਹੀਂ ਸੀਗਾ। ਅੱਛਾ, ਬੇਵਾਕੀ ਦੇ ਨਾਲ ਸ਼ੁਰੂ ਕਰ ਲਿਆ ਬਸ? ਦੇਖੋ, ਤੁਹਾਡੇ ਇੱਕ ਮਸਤੀ ਦੇ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ। ਆਪਣੇ ਨਾਲ ਹੀ ਹੁੰਦੀ, ਦਿਲ ਤੇ ਦਿਮਾਗ ਦੇ ਰੌਲਾ ਹੁੰਦਾ। ਵਿਜ਼ਨ ਤੁਹਾਡਾ 5 ਸਾਲ ਦੀ ਉਮਰ ਚ ਬਣ ਜਾਣਾ ਚਾਹੀਦਾ। ਜੇ ਤੁਸੀਂ ਉਦੋਂ ਬਣਾ ਗਏ ਤਾਂ ਸਕਸੈਸਫੁਲ ਹੋ, ਜੇ ਤੁਸੀਂ ਕਸ਼ਮਕਸ਼ ਚ ਪੈ ਕੇ ਫਿਰ ਨਹੀਂ ਕਾਮਯਾਬ ਹੁੰਦੇ। ਤੁਸੀਂ ਇਹ ਜਦੋਂ ਇਹ ਸੋਚ ਲਿਆ ਮੈਂ ਇਹ ਕੰਮ ਕਰਨਾ, ਬਸ ਤੁਸੀਂ ਪ੍ਰੂਵ ਕਰਨਾ। ਪ੍ਰੂਵ ਕਰਨ ਨੂੰ 20-25 ਸਾਲ ਲੱਗ ਜਾਂਦੇ, ਤੁਹਾਡੇ ਦਿਮਾਗ ਚ ਤਾਂ ਚੀਜ਼ ਆ ਹੀ ਜਾਂਦੀ ਹੈ ਨਾ। ਬਿਲਕੁਲ। ਦੇਖੋ, ਕ੍ਰਾਈਮ ਉਦੋਂ ਨੀ ਜਦੋਂ ਕਿਸੇ ਨੂੰ ਹਿੱਟ ਕਰਦੇ ਹੋ, ਕ੍ਰਾਈਮ ਉਦੋਂ ਜਦੋਂ ਆਪਾਂ ਸੋਚਣ ਲੱਗ ਜਾਂਦੇ ਵੀ ਯਾਰ ਆਹ ਬੰਦੇ ਦੇ ਮੈਂ ਹਿੱਟ ਕਰਨਾ, ਇਹਨੂੰ ਕਿਸੇ ਦਿਨ ਹਿੱਟ ਕਰੂੰਗਾ, ਉਦੋਂ ਹੀ ਕ੍ਰਿਮੀਨਲ ਹੋ ਗਿਆ ਸੀ। ਮਾਰ ਤੋਂ ਬਾਅਦ ਤਾਂ ਪਬਲਿਕ ਨੂੰ ਪਤਾ ਲੱਗਿਆ ਨਾ। ਏਦਾਂ ਹੀ ਤੁਹਾਡੀ ਜਿਹੜੀ ਸੋਚ ਹੈ ਇਹ ਹੈ ਕਿ ਜਦੋਂ ਤੁਸੀਂ ਮਿਥ ਲਿਆ ਕਿ ਮੈਂ ਇਹੀ ਕੰਮ ਕਰਨਾ, ਫਿਰ ਤੁਸੀਂ ਕਰੋਗੇ ਡੈਫੀਨੇਟਲੀ। ਅੱਛਾ, ਤੁਹਾਡਾ ਨਾਂ ਬਣ ਗਿਆ, ਬਹੁਤ ਸਾਰੇ ਗੀਤ ਤੁਹਾਡੇ ਲੋਕਾਂ ਦੀ ਜ਼ੁਬਾਨ ਤੇ ਚੜੇ ਆ, ਮਤਲਬ ਤੁਰੇ ਫਿਰਦੇ ਲੋਕ ਉਹ ਗਾਉਂਦੇ ਫਿਰਦੇ ਉਹਨਾਂ ਗੀਤਾਂ ਨੂੰ, ਕਿਤੇ ਕਿਤੇ ਵਿਰੋਧਤਾ ਵੀ ਹੋ ਗਈ ਕਈ ਗੀਤਾਂ ਨੂੰ ਲੈ ਕੇ। ਇਹ ਮੈਨੂੰ ਦੱਸੋ ਕਿ ਇਹ ਜਿਹੜਾ ਇੱਕ ਕਿਸਮ ਦੇ ਨਾਲ ਇੱਕੋ ਇਨਸਾਨ ਨੂੰ ਕਿਤੇ ਸ਼ਲਾਘਾ ਹੁੰਦੀ ਆ, ਕਿਤੇ ਕੋਈ ਮਾੜਾ ਮੋਟਾ ਉੱਠ ਕੇ ਇਹ ਵੀ ਕਹਿ ਦਿੰਦਾ ਵੀ ਨਹੀਂ ਭਾਈ ਆਹ ਗੱਲ ਠੀਕ ਨੀ ਬਣੀ, ਕਦੇ ਕਦੇ ਤੁਹਾਨੂੰ ਲੱਗਦਾ ਇੱਦਾਂ ਵੀ ਆਹ ਗੀਤ ਨਹੀਂ ਸੀ ਗਾਉਣਾ ਚਾਹੀਦਾ ਮੈਨੂੰ? ਆਪਾਂ ਸ਼ੌਪ ਤੇ ਜਾਂਦੇ ਆ, ਆਪਾਂ ਨੂੰ ਹਰ ਚੀਜ਼ ਥੋੜੀ ਪਸੰਦ ਆ। ਸਟੋਰ ਤਾਂ ਬਹੁਤ ਵੱਡਾ, ਤੁਸੀਂ ਉਹੀ ਚੀਜ਼ਾਂ ਚੱਕਦੇ ਜਿਹਦੀ ਤੁਹਾਨੂੰ ਲੋੜ ਹੈ। ਐਸੇ ਤਰ੍ਹਾਂ ਮਨੋਰੰਜਨ ਤੁਹਾਡੇ ਹੱਥ ਚ। ਹੁਣ ਤਾਂ ਟੀਵੀ ਦਾ ਦੌਰ ਵੀ ਘਟਦਾ ਜਾਂਦਾ, ਹੁਣ ਤਾਂ ਯੂਟਿਊਬ ਹੀ ਰਹਿ ਗਿਆ। ਯੂਟਿਊਬ ਤੁਹਾਡੇ ਫੋਨ ਚ, ਜੇ ਤੁਸੀਂ ਉਂਗਲ ਮਾਰ ਕੇ ਨਾ ਪਾਓਗੇ ਤਾਂ ਤੁਹਾਨੂੰ ਉਹ ਬੰਦਾ ਸੁਣੂਗਾ, ਤੁਹਾਡੇ ਫੋਨ ਚ ਆਪਣੇ ਆਪ ਥੋੜੀ ਚੱਲੂਗਾ। ਦੁਨੀਆ ਦੀ ਸੁਣ ਤੇ ਹੈ। ਬਾਕੀ ਤੁਸੀਂ ਦੇਖੋ, ਹਰ ਬੰਦਾ ਹਰ ਬੰਦੇ ਨੂੰ ਖੁਸ਼ ਨੀ ਕਰ ਸਕਦਾ। ਵੱਡੇ ਵੱਡੇ ਫਕੀਰ ਨੀ ਕਰ ਸਕਿਆ ਆਪਦੇ ਨੇੜੇ ਵਾਲਿਆਂ ਨੂੰ ਖੁਸ਼, ਉਹ ਵੀ ਵਿਰੋਧਤਾ ਦਾ ਸ਼ਿਕਾਰ ਹੋ ਜਾਂਦੇ। ਆਪਾਂ ਤਾਂ ਬੜੇ ਨੋਰਮਲ ਜੇ ਬੰਦੇ ਆ। ਬਾਕੀ ਦੇਖੋ, ਇਹ ਜ਼ਰੂਰੀ ਨੀ, ਇਹ ਗੀਤ ਉਹਦੇ ਲਈ ਹੁੰਦੇ ਜਿਹਨੇ ਸੁਣਨਾ। ਜਿਹੜਾ ਵੈਸੇ ਨੀ ਸੁਣਦਾ ਉਹਦਾ ਤਾਂ ਤਰਕ, ਉਹ ਤਾਂ ਤਰਕਹੀਣ ਗੱਲ। ਜਦੋਂ ਉਹ ਤੁਹਾਨੂੰ ਪਸੰਦ ਹੀ ਨੀ ਕਰਦਾ ਤਾਂ ਫਿਰ ਉਹ ਸੁਣੇ ਕਿਉਂ? ਤੇ ਪਿੰਡਾਂ ਵਾਲਾ ਚ ਤਾਂ ਮੜਕ ਹੁੰਦੀ ਆ ਨਾ ਵੀ ਜਦੋਂ ਅਸੀਂ ਪਸੰਦ ਨੀ ਕਰਦੇ ਫਿਰ ਨਾ ਵੀ ਕਿਉਂ ਲਈਏ। ਨਾ ਇਸ ਕਰਕੇ ਬਹੁਤ ਲੋਕ ਲੈ ਲੈਣੇ ਕਿਉਂਕਿ ਉਹਨਾਂ ਨੂੰ ਕਲਿੱਕਾਂ ਮਿਲ ਜਾਣੀਆਂ, ਇਸ ਕਰਕੇ ਸ਼ਾਇਦ। ਅੱਛਾ, ਤੁਹਾਡੇ ਗੀਤ ਕਾਫੀ, ਜਿਵੇਂ ਹੁਣ ਇੱਕ ਬਾਬਾ ਨਾਨਕ ਸੀ ਹਾਂਜੀ, ਤੇ ਉਹਨੇ ਮੇਰਾ ਖਿਆਲ ਆ ਵੀ ਲੋਕਾਂ ਨੂੰ ਇੱਕ ਹਲੂਣਾ ਜਿਹਾ ਦਿੱਤਾ ਹਨਾ। ਬਾਖੂਬ ਉਦੋਂ ਬਾਬਿਆਂ ਦੇ ਵਿੱਚ ਵੀ ਬੜੀ ਹਲਚਲ ਜੀ ਮਚ ਗਈ, ਇੱਕਦਮ ਬਾਬਿਆਂ ਨੂੰ ਜਵਾਬ ਵੀ ਦੇਣੇ ਪਏ ਤੁਹਾਨੂੰ, ਆਏ ਦਿਨ ਕੋਈ ਨਾ ਕੋਈ ਵੀਡੀਓ ਆਈ ਰਹਿੰਦੀ ਸੀ। ਸੋ ਇਦਾਂ ਦਾ ਚੈਲੰਜਿੰਗ ਜਿਹੜਾ ਗੀਤ ਹੈਗਾ ਤੁਸੀਂ ਗਾਉਂਦੇ ਹੋ ਜਦੋਂ? ਭੈਣ ਜੀ, ਕੀ ਹੈ ਕਿ ਮੀਡੀਆ ਖੁੱਲ ਗਿਆ ਹੁਣ ਹਰ ਬੰਦੇ ਕੋਲ ਨਾ ਜ਼ਰੀਆ। ਅੱਗੇ ਟੀਵੀ ਤੇ ਖਬਰਾਂ ਆਉਂਦੀਆਂ ਹੁੰਦੀਆਂ ਸੀ ਜਲੰਧਰ ਤੋਂ, ਰਮਨ ਕੁਮਾਰ ਸ਼ਾਇਦ ਪੜ੍ਹਦੇ ਹੁੰਦੇ। ਹਾਂਜੀ ਹਾਂਜੀ, ਮੈਂ ਜਾਣਦੀ ਹਾਂ। ਪਿੰਡਾਂ ਵਾਲੇ ਰੋਟੀ ਖਾਣ ਲੱਗੇ, ਖਬਰਾਂ ਮੂਹਰੇ ਬੈਠ ਕੇ ਉਹਨੂੰ ਦੇਖੀ ਜਾਂਦੇ ਜੀ ਆਵਾਜ਼ ਕਿਵੇਂ ਕੱਢਦਾ ਜੀ, ਕਿਉਂਕਿ ਉਹ ਕਦੇ ਕਦੇ ਸਵੇਰ ਤੋਂ ਸ਼ਾਮ ਜਿਹਨੂੰ ਸਾਡਾ ਟੀਵੀ ਚੱਲਦਾ ਹੁੰਦਾ, ਦਿਨੇ ਤਾਂ ਕੀ ਆਉਂਦਾ ਆਉਂਦਾ ਹੁੰਦਾ ਸੀ ਨਾ, ਫਿਰ ਹੌਲੀ ਹੌਲੀ ਦਿਨੇ ਆਉਣ ਲੱਗ ਗਿਆ। ਏਦਾਂ ਇਹ ਹੁਣ ਮੀਡੀਆ ਹਰ ਬੰਦੇ ਦੇ ਹੱਥ ਚ ਆ ਗਿਆ। ਹੁਣ ਹਰ ਬੰਦਾ ਨਾ ਸਵੇਰੇ ਉੱਠ ਕੇ ਸਵਾਲ ਕਰਦਾ, ਹਰ ਇਨਸਾਨ ਨੂੰ ਲੱਗਦਾ ਕਿ ਮੈਂ ਇਸ ਦੁਨੀਆਂ ਦਾ ਮਾਲਕ ਤੇ ਕਿੰਗ ਹੈ ਤੇ ਮੇਰੇ ਹਿਸਾਬ ਨਾਲ ਦੁਨੀਆਂ ਚੱਲਣੀ ਚਾਹੀਦੀ ਹੈ, ਇਸ ਕਰਕੇ ਉਹਦੇ ਕੋਲ ਸਵਾਲ ਹੈ। ਉਹ ਹਰ ਬੰਦਾ ਹਰ ਸਵਾਲ ਦਾ ਹਰ ਬੰਦੇ ਕੋਲ ਜਵਾਬ ਹੋਵੇ ਆ, ਉਹ ਦਵੇ ਜਾਂ ਨਾ ਦਵੇ, ਇੰਨਾ ਵਕਤ ਕਿੱਥੇ ਆ? ਜ਼ਿੰਦਗੀ ਤਾਂ ਇੰਨੀ ਫਾਸਟ ਹੈ ਵੀ ਤੁਹਾਡੇ ਤੋਂ ਕੰਮ ਹੀ ਨਹੀਂ ਨਿਬੜਦਾ। ਦਿਨ ਤਾਂ ਹੋਰ 6 ਘੰਟੇ ਵਧਣਾ ਚਾਹੀਦਾ ਤਾਂ ਆਪਣੇ ਕੰਮ ਨੇਪਰੇ ਚੜ੍ਹਦੇ। ਤੁਸੀਂ ਰਾਤ ਨੂੰ ਬੈੱਡ ਤੇ ਜਦੋਂ ਜਾਂਦੇ ਹੋ ਆਪਦੇ ਸਾਰੇ ਪਰਿਵਾਰਕ ਕੰਮ ਕਰਕੇ, ਤੁਹਾਨੂੰ ਲੱਗਦਾ ਹੁੰਦਾ ਓਹੋ ਆਹ ਤਾਂ ਰਹਿ ਹੀ ਗਿਆ, ਚੱਲ ਸਵੇਰੇ ਉੱਠ ਕੇ ਪਹਿਲਾਂ ਆਹ ਨਿਬੇੜਾਂਗੇ। ਸੋ ਇੰਨਾ ਵਕਤ ਨੀ ਇੰਨੀ। ਔਰ ਜਿਹੜੀ ਇਹ ਮੀਡੀਆ, ਸੋਸ਼ਲ ਮੀਡੀਆ ਜਿਹਨੂੰ ਕਹਿੰਦੇ ਆਪਾਂ, ਸਮਾਜਿਕ ਮੀਡੀਆ, ਇਹਦੇ ਫਾਇਦੇ ਵੀ ਬਹੁਤ ਹੋਏ, ਇਹਦੇ ਨੁਕਸਾਨ ਵੀ ਬਹੁਤ ਹੈ। ਜਿੰਨੇ ਅਸੀਂ ਪੰਜਾਬ ਵਾਲੇ ਫੇਸਬੁੱਕ ਤੇ ਬੈਠੇ, ਮੈਨੂੰ ਤਾਂ ਲੱਗਦਾ ਨੀ ਦੁਨੀਆਂ ਦਾ ਹੋਰ ਕੋਈ ਬੰਦਾ ਬੈਠਾ ਹੋਣਾ। ਐ ਗੁਆਂਢੀਆਂ ਨੇ ਸਾਗ ਧਰਿਆ, ਉਹਦੇ ਵਿਸਲ ਦਾ ਵੱਡਾ ਕਾਰਨ ਹੀ ਹੈ ਕਿ ਵਿਹਲੇ ਲੋਕ ਨਹੀਂ। ਦੋ ਬੰਦੇ ਖੜੇ, ਉਹ ਕਹਿੰਦੇ ਵੀ ਵਿਸਲ ਵੱਜੀ ਹੈ ਤਾਂ ਸਾਗ ਲੱਗਦਾ, ਕਹਿੰਦਾ ਨਹੀਂ ਮੁਰਗਾ 2 ਵੱਜੀਆਂ, ਕਹਿੰਦਾ ਨਹੀਂ ਇਹ ਨਹੀਂ ਹੋ ਸਕਦਾ। ਮਤਲਬ ਆਹੀ ਕਸ਼ਮਕਸ਼ ਚ ਜ਼ਿੰਦਗੀ ਨੇ। ਆਲੋਚਨਾ ਹੋਣੀ ਚਾਹੀਦੀ ਹੈ ਬੜੀ ਸੁਹਿਰਦ, ਹੁੰਦੀ ਹੈ ਤੁਸੀਂ ਨਿੱਜੀ ਜ਼ਿੰਦਗੀ ਚ ਕੰਮ ਕਰਦੇ ਹੋ, ਆਲੋਚਨਾ ਹੁੰਦੀ ਹੈ। ਆਲੋਚਨਾ ਜਦੋਂ ਨਿੰਦਿਆ ਚ ਬਦਲ ਜਾਂਦੀ ਹੈ ਉਹ ਬੜੀ ਮਾੜੀ ਹੁੰਦੀ ਹੈ, ਕਿਉਂਕਿ ਰਾਤ ਨੂੰ ਇੱਕ ਤਾਂ ਬੰਦਾ ਸਾਰੀ ਰਾਤ ਆਪਣੀ ਇਸੇ ਚੱਕਰ ਚ ਕੱਢਦਾ ਵੀ ਸਵੇਰੇ ਮੈਂ ਪੇਜ ਤੇ ਆ ਪਾਉਣਾ ਵੀ ਫਲਾਣੇ ਬੰਦੇ ਬਾਰੇ ਬੋਲਣਾ, ਆਪ ਵੀ ਉਹ ਨੈਗੇਟਿਵਿਟੀ ਦਾ ਸ਼ਿਕਾਰ ਹੋ ਗਿਆ, ਸਵੇਰੇ 1000 ਬੰਦੇ ਨੂੰ ਹੋਰ ਨੈਗੇਟਿਵ ਗੱਲਾਂ ਸੁਣਾਉਂਦਾ, ਏਦਾਂ ਦੀਆਂ ਚੀਜ਼ਾਂ ਤੋਂ ਲੋਕ ਵੀ ਤੰਗ ਆ ਜਾਂਦੇ ਆ।
ਅਸੀਂ ਆਪ ਕਈ ਵਾਰੀ ਕਹਿ ਦਿੰਦੇ ਵੀ ਯਾਰ ਆਹ ਕੀ ਗਾਂਧੀ ਪੈ ਗਿਆ, ਇਹ ਆਪ ਮੁਹਾਰੇ ਨਿਕਲਦੀਆਂ ਚੀਜ਼ਾਂ। ਸੋ ਇਹ ਤਾਂ ਬਣਿਆ ਸੀ ਹੋਰ ਕੰਮ ਲਈ, ਬਣ ਗਿਆ ਹੋਰ ਕੰਮ ਲਈ। ਅੱਛਾ, ਆਪਾਂ ਤੁਹਾਡੇ ਸ਼ੋਅ ਦੀ ਪਹਿਲਾਂ ਗੱਲ ਕਰੀਏ, ਹੋਰ ਸਵਾਲ ਮੇਰੇ ਕੋਲ ਬਹੁਤ ਨੇ, ਮੈਂ ਰੂਹ ਤੋਂ ਗੱਲਾਂ ਕਰਨੀਆਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ। ਸ਼ੋਅਸ ਜਿਹੜੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਕਰਦੇ ਹੋ, ਮੇਰਾ ਨਹੀਂ ਖਿਆਲ ਕੋਈ ਕੰਟਰੀ ਹੋਣੀ ਜਿੱਥੇ ਤੁਸੀਂ ਨਹੀਂ ਗਏ ਹੋਣੇ। ਨਹੀਂ, ਮੇਰਾ ਗੈਪ ਪੈ ਜਾਂਦਾ, ਮੈਂ ਇਸ ਮਾਮਲੇ 'ਚ ਕਦੇ ਕਦੇ ਕੈਨੇਡਾ ਜਿੱਦਾਂ ਪਤਾ ਨੀ, ਇੱਥੋਂ ਪਹਿਲਾਂ ਤੁਸੀਂ ਮੇਰੇ ਮਿੱਤਰ ਵੀ ਬਹੁਤ ਹੈ, ਮੋਹ ਵੀ ਬਹੁਤ ਹੈ, ਕੈਨੇਡਾ ਨੀ ਛੱਡਿਆ ਸੀ, ਹਰ 2 ਸਾਲ ਬਾਅਦ ਆ ਜਾਂਦੇ, ਹੁਣ ਅਮਰੀਕਾ ਮੈਨੂੰ ਲੱਗਦਾ 6 ਹੀ ਹੋ ਜਾਣੇ ਸਾਲ, ਸਾਨੂੰ ਅਜੇ ਤੱਕ ਜਾ ਹੀ ਨਹੀਂ ਜਾਣਾ ਚਾਹੀਦਾ ਜੀ, ਉੱਥੇ ਵੀ ਪਿਆਰ ਕਰਨ ਵਾਲੇ ਉੱਥੇ ਵੀ ਉਡੀਕਦੇ ਹੋਣਗੇ, ਉੱਥੇ ਉੱਜ ਜਾਂਦੇ ਕੰਮ 'ਚ ਜੀ ਜੀ। ਫਿਰ ਅਜੇ ਯੂਰੋਪੀਅਨ ਕੰਟਰੀਆਂ 'ਚ ਵੀ ਇੱਕ ਵਾਰੀ ਗਏ, ਪਹਿਲਾਂ ਬਹੁਤ ਦੇਰ ਬਾਅਦ ਗਏ ਸੀ, ਬਟ ਹੁਣ ਅਸੀਂ ਸਕੇਜੂਲ ਬਣਾ ਲਿਆ। ਹੁਣ ਦੇਖੋ ਕੀ ਹੁੰਦਾ, ਫਿਰ ਇੱਕ ਪਾਸੇ ਕੰਮ ਛੱਡਣਾ ਪਊਗਾ, ਮਤਲਬ ਜਿਹੜਾ ਅਸੀਂ 6-3-4 ਮਹੀਨੇ ਪੰਜਾਬ ਕੰਮ ਕਰਦੇ ਹਾਂ ਉਹ ਇੱਧਰ ਐਡਜਸਟ ਕਰਨਾ ਪਊਗਾ, ਕਿ ਬਹੁਤ ਮੁਲਕ ਅਜੇ ਰਹਿੰਦੇ ਹਾਂ ਜਿੱਥੇ ਪੰਜਾਬੀ ਬੈਠੇ ਹਾਂ, ਗਏ ਨੀ ਅਸੀਂ। ਤੋ ਇਸ ਸਾਲ ਅਸੀਂ ਇਹ ਬਣਾਇਆ ਹੈ ਕਿ ਹੁਣ ਅਸੀਂ ਦਸੰਬਰ ਤੋਂ ਬਾਅਦ ਹੀ ਜਾਵਾਂਗੇ ਪੰਜਾਬ, ਤੇ ਬਾਹਰ ਹੀ ਅਸੀਂ ਹੁਣ। ਅੱਛਾ, ਓਕੇ। ਜਿਹੜਾ ਹੁਣ ਐਲਬਮਸ ਦਾ ਰਿਵਾਜ ਘਟ ਗਿਆ ਤੇ ਸਿੰਗਲ ਟਰੈਕ ਆਉਣ ਲੱਗ ਗਏ, ਇਹਦੇ ਨਾਲ ਗਾਇਕ ਦੀ ਰੋਜ਼ੀ ਰੋਟੀ ਤੇ ਜਾਂ ਇਹਦੇ ਇਨਕਮ ਜਿਹੜਾ ਹੈਗਾ ਹੈ ਸੋਰਸ ਉਹਦਾ ਇਹੀ ਹੈ ਨਾ, ਇਨਕਮ ਦਾ ਫਿਰ ਕੀ ਅਸਰ ਪਿਆ? ਦੇਖੋ, ਸੋਰਸ ਆਫ ਇਨਕਮ ਤਾਂ ਵਿਆਹ ਹੈ ਪੰਜਾਬ 'ਚ, ਓਵਰਸੀਜ਼ ਸ਼ੋਅ ਹੈ, ਸ਼ੋਅ ਚੰਗੇ ਭਾਗ ਵਾਲਿਆਂ ਦੇ ਹਾਂ ਹਿੱਟ ਹੁੰਦੇ ਨੇ। ਸਹੀ ਗੱਲ ਹੈ, ਬਿਲਕੁਲ। ਤੋ ਜ਼ਰੀਆ ਹੋਰ ਤਾਂ ਕੋਈ ਹੈ ਨਹੀਂ, ਆਈਟਿਊਨ ਤੋਂ ਕੋਈ ਬਹੁਤ ਰੈਵਨਿਊ ਨਹੀਂ ਆਉਂਦਾ ਆਪਾਂ ਨੂੰ, ਵਹਿਮੀ ਹੈ, ਔਰ ਇਹ ਕਲਿੱਕਾਂ ਕਲੁੱਕਾਂ ਤੋਂ ਵੀ ਬਹੁਤੇ ਪੈਸੇ ਨਹੀਂ ਆਉਂਦੇ। ਇੱਕ ਨਵਾਂ ਰੁਝਾਨ ਇਹ ਚੱਲ ਪਿਆ ਕਿ ਜਿੰਨੇ ਕੁ ਪੈਸੇ ਬਣਨੇ ਹੁੰਦੇ ਆ ਉਹਨੇ ਕੋਈ ਕਲਿੱਕ ਵਾਲਿਆਂ ਨੂੰ ਦੇ ਆਉਂਦੇ ਵਿਚਾਰੇ। ਸੋ ਇਹ ਅਜੇ ਸਰਕਾਰੀ ਤੌਰ ਤੇ ਇਹਦੀ ਕੋਈ ਇਮਦਾਦ ਨਹੀਂ ਹੋ ਰਹੀ, ਜਦਕਿ ਇੰਡਸਟਰੀ ਹੈ ਬਹੁਤ ਅੱਛੀ। ਦੇਖੋ, ਸੰਗੀਤ ਮੰਨ ਲਓ ਇੱਕ ਆਪਣਾ ਛੋਟਾ ਜਿਹਾ ਸ਼ਹਿਰ ਹੈ, ਉੱਥੇ 20 ਦੁਕਾਨਾਂ, 20 ਦੁਕਾਨਾਂ ਤੇ 20 ਬੰਦਿਆਂ ਨੂੰ ਰੁਜ਼ਗਾਰ ਮਿਲਿਆ ਹੋਇਆ ਸੀ, 20 ਉਹਨਾਂ ਦੇ ਹੈਲਪਰ ਹੁੰਦੇ ਆ, 40 ਹੋ ਗਏ ਇੱਕ ਸ਼ਹਿਰ ਦੀ ਗੱਲ ਕਰਦਾ। ਫਿਰ ਜਿਹੜੇ ਉਹਨਾਂ ਦੇ ਸਪਲਾਇਰ ਹੈ 5-7 ਕੰਪਨੀਆਂ ਦੇ, ਫਿਰ ਉਹ ਹੋ ਗਏ, ਏਦਾਂ ਕਰਕੇ 100-150 ਬੰਦੇ ਨੂੰ ਤਾਂ ਇੱਕ ਸ਼ਹਿਰ ਚ ਰੁਜ਼ਗਾਰ ਮਿਲਦਾ ਸੀ। ਇਹਨੂੰ ਇੰਡਸਟਰੀ ਨੀ ਸਮਝਿਆ ਜਾਂਦਾ। ਅਸੀਂ ਵੱਡੇ ਵੱਡੇ ਜਿਹੜੇ ਉਦਯੋਗ ਪਤੀ ਉਹਨਾਂ ਨੂੰ ਸਰਕਾਰਾਂ 1000-1000 ਏਕੜ, 500-500 ਏਕੜ ਟੈਕਸ ਵੀ ਉਹਨਾਂ ਨੂੰ ਛੱਡੇ ਜਾਂਦੇ ਵੀ ਤੁਸੀਂ ਇੱਥੇ ਇੰਡਸਟਰੀ ਲਾ ਕੇ ਰੁਜ਼ਗਾਰ ਦਿਓ, ਜੋ ਇਹ ਤਾਂ ਸਵੈ ਕੀਤਾ, ਇਹਦੀ ਇਮਦਾਦ ਕਰਨੀ ਚਾਹੀਦੀ ਹੈ। ਇਹ ਜਿਹੜੀ ਪਾਇਰੇਸੀ ਬੰਦ ਜੇ ਕਿਤੇ ਬਹੁਤ ਪਹਿਲਾਂ ਵਕਤ ਨਾ ਹੋ ਜਾਂਦੀ, ਈਵਨ ਆਪਣੇ ਰੇਡੀਓ ਦਾ ਇੱਥੇ ਬਾਹਰ ਵੀ ਆਮ ਤੌਰ ਤੇ ਏਦਾਂ ਹੀ ਲਾਉਂਦੇ ਆ, ਮੈਨੂੰ ਲੱਗਦਾ ਨੀ ਕੋਈ ਡਾਊਨਲੋਡ ਕਰਕੇ ਲਾਉਂਦਾ ਹੋਣਾ, ਬੜੇ ਰੇਅਰ ਹੈ ਕੋਈ ਲਾਉਂਦੇ ਹੋਣ। ਬਟ ਜੇ ਅਸੀਂ ਇਹ ਸੋਚ ਕੇ ਚੱਲੀਏ ਵੀ ਇਹਨੂੰ, ਇਹ ਵੀ ਇੱਕ ਪੇਸ਼ਾ, ਬਹੁਤ ਲੋਕਾਂ ਨੂੰ ਰੁਜ਼ਗਾਰ ਮਿਲਦਾ। ਆਪਣੇ ਰੈਡ ਐਫਐਮ ਤੇ ਵੈਸੇ ਅਸੀਂ ਡਾਊਨਲੋਡ ਕਰਕੇ ਲਾਉਨੇ ਆ। ਪੱਕਾ? ਹਾਂਜੀ ਪੱਕਾ ਜੀ। ਚਲੋ, ਸ਼ੁਕਰ ਹੈ ਮਾਲਕ ਦਾ। ਉੱਥੇ ਸਾਰੇ ਗੀਤ ਨੇ ਜਿਹੜੇ ਉਹ ਪਹਿਲਾਂ ਡਾਊਨਲੋਡ ਬਕਾਇਦਾ ਕੀਤੇ ਜਾਂਦੇ ਆ, ਸਾਰੇ ਹੋਸਟਾਂ ਨੂੰ ਈਮੇਲ ਭੇਜੀ ਜਾਂਦੀ ਹੈ, ਦੱਸਿਆ ਜਾਂਦਾ ਉਹਨਾਂ ਨੂੰ, ਇਨਫੋਰਮ ਕੀਤਾ ਜਾਂਦਾ ਵੀ ਆਹ ਗੀਤ ਅਸੀਂ ਪਾਤੇ ਨੇ। ਹਾਂ, ਇਹੀ ਇੱਕ ਸੋਰਸ ਹੈ, ਬਟ ਮੈਨੂੰ ਹੁਣ ਨਵੀਂ ਖਬਰ, ਮੈਨੂੰ ਲੱਗਦਾ ਹੈ ਸੰਭਾਵਨਾ, ਕਿਉਂਕਿ ਆਈਟਿਊਨ ਤੋਂ ਥੋੜਾ ਬਹੁਤਾ ਰੈਵਨਿਊ ਜਿੱਦਾਂ ਆਉਂਦਾ, ਬਟ ਉਹ ਆਈਟਿਊਨ ਉਹ ਵੀ ਮਤਲਬ ਜੇ ਇੱਕ ਗੀਤ ਪਾਤਾ ਤਾਂ ਵੱਧ ਤੋਂ ਵੱਧ 2 ਲੱਖ ਜਾਂ 1.5-2 ਲੱਖ, ਇੰਨੇ ਚ ਤਾਂ ਫਿਰ ਟਰੈਕ ਹੀ ਬਣਦਾ, ਵੀਡੀਓ ਵੀ ਬਹੁਤ ਮਹਿੰਗਾ, 10-12 ਲੱਖ ਚ ਵੀ ਪੈਂਦਾ ਹੋਊਗਾ ਜੇ ਚੰਗੀ ਤਰ੍ਹਾਂ ਬਣਾਉਂਦੇ ਤੁਸੀਂ, ਮਿਊਜ਼ੀਸ਼ੀਅਨ ਬਹੁਤ ਮਹਿੰਗੇ। ਆਈਟਿਊਨ ਵਾਲਿਆਂ ਨੇ ਐਪਲ ਮਿਊਜ਼ਿਕ ਸ਼ੁਰੂ ਕਰਤਾ, ਪਰ ਮੰਥ ਕੁਛ ਲੈਂਦੇ ਆ ਮੇਰੇ ਖਿਆਲ, ਉਹਦੇ ਨਾਲ ਆਈਟਿਊਨ ਨੂੰ ਲਾਸ ਹੋ ਗਿਆ, ਮੈਨੂੰ ਲੱਗਦਾ ਉਹ ਵੀ ਨਾ ਬੰਦ ਹੋ ਜਾਏ ਛੇਤੀ। ਅੱਛਾ ਮਾਨ ਸਾਹਿਬ, ਮੈਨੂੰ ਇਹ ਵੀ ਦੱਸੋ ਕਿ ਫੈਨਸ ਅੱਗੇ ਅਸੀਂ ਦੇਖਦੇ ਹੁੰਦੇ, ਸੁਣਦੇ ਹੁੰਦੇ ਸੀ ਵੀ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਲੋਕ ਨੇ ਨਾ ਉਹ ਕੱਟੜ ਨੇ, ਜਿਹੜੇ ਆਪਾਂ ਕਹਿੰਦੇ ਨੇ ਸਿੱਖੀ ਦੇ ਵਿੱਚ ਵੀ ਹੈਗੇ ਆ, ਹਰੇਕ ਧਰਮ ਦੇ ਵਿੱਚ ਹਰੇਕ ਕੌਮ 'ਚ ਹੋ ਸਕਦੇ ਆ, ਪਰ ਹੁਣ ਇੱਕ ਸਿੰਗਰ ਨੂੰ ਸੁਣਨ ਵਾਲੇ ਉਹਦੇ ਜਿਹੜੇ ਫੈਨਸ ਨੇ ਉਹ ਵੀ ਮੈਂ ਕੱਟੜ ਸੁਣਨ ਲੱਗ ਪਈ, ਉਹਨਾਂ ਨੇ ਆਪਣੇ ਪੇਜ ਬਣਾ ਲਏ ਫੇਸਬੁੱਕ ਤੇ ਵੀ ਕੱਟੜ ਫੈਨਸ ਨੇ ਬੱਬੂ ਮਾਨ ਦੇ ਜਾਂ ਕਿਸੇ ਹੋਰ ਕਲਾਕਾਰ ਦੇ, ਇਹ ਕੀ ਚੱਕਰ ਹੈ? ਕੱਟੜ ਫੈਨਸ ਤੋਂ ਕੀ ਭਾਵ ਹੈ? ਜਿਹਦੀ ਬੁੱਧੀ ਮਿਊਜ਼ੀਕਲ ਹੁੰਦੀ ਹੈ, ਜਿਹੜਾ ਬੰਦਾ ਇਹ ਕਹਿੰਦਾ ਮੈਨੂੰ ਇਹੀ ਗੀਤ ਚੰਗੇ ਲੱਗਦੇ ਆ, ਵੀ ਮੈਂ ਕਿਸੇ ਇੱਕ ਬੰਦੇ ਨੂੰ ਹੀ ਸੁਣਦਾ, ਉਹਨੂੰ ਤੁਸੀਂ ਕਹਿ ਦਿੰਦੇ ਹੋ ਕੱਟੜ ਫੈਨ, ਵੀ ਮੈਨੂੰ ਮੰਨ ਲਓ ਕਿਸੇ ਵੀ ਸਿੰਗਰ ਦੇ ਮੈਨੂੰ ਇਹਦੇ ਗੀਤ ਚੰਗੇ ਲੱਗਦੇ, ਮੈਂ ਤਾਂ ਬਸ ਇਹਦੇ ਹੀ ਸੁਣਨੇ ਆ, ਇਹੀ ਡਾਊਨਲੋਡ ਕਰਨੇ ਆ, ਬਸ ਇਹੀ ਮੇਰਾ ਪਸੰਦੀਦਾ ਕਲਾਕਾਰ ਹੈ। ਜਿੱਦਾਂ ਅਸੀਂ ਛੋਟੇ ਹੁੰਦੇ, ਆਪਾਂ ਛੋਟੇ ਹੁੰਦੇ ਸੁਣਦੇ ਸੀ ਪੁਰਾਣੀਆਂ ਫਿਲਮਾਂ ਦੇ ਗਾਣੇ, ਪੰਜਾਬੀ ਪੁਰਾਣੀਆਂ ਫਿਲਮਾਂ ਦੇ ਬੜੇ ਅੱਛੇ ਹੁੰਦੇ ਸੀ, ਹੈਨਾ, ਅੱਛੀ ਫਿਲਮ ਜਾਂ ਇੱਦਾਂ ਆਪਾਂ ਸੁਣਦੇ ਹੁੰਦੇ ਸੀ ਵੀ ਇਹ ਯਾਰ ਬੜੇ ਸੋਹਣੇ ਗਾਣੇ, ਲਤਾ ਜੀ ਨੇ ਜਾਂ ਰਫੀ ਸਾਹਿਬ ਨੇ, ਇੱਦਾਂ। ਹੁਣ ਦੌਰ ਬਦਲ ਗਿਆ, ਕਿਉਂਕਿ ਹੁਣ ਹਰ ਬੰਦੇ ਕੋਲ ਪਲੇਟਫਾਰਮ ਹੈ ਗੱਲ ਕਹਿਣ ਦਾ, ਸ਼ਾਇਦ ਉਹ ਦੱਸ ਦਿੰਦੇ ਆ ਵੀ ਫਲਾਣਾ ਮੈਂ ਵੀ ਸੁਣਦਾ, ਉਹ ਕਹਿੰਦਾ ਮੈਂ ਵੀ ਸੁਣਦਾ, ਉਦੋਂ ਆਪਣੇ ਵਕਤ ਸ਼ਾਇਦ ਇੱਦਾਂ ਦੀ ਚੀਜ਼ਾਂ ਹੈ। ਪਰ ਮੇਰਾ ਸਵਾਲ ਪੁੱਛਣ ਦਾ ਜਿਹੜਾ ਕਾਰਨ ਸੀ ਉਹ ਇਹ ਸੀ ਕਿ ਕੱਟੜਤਾ ਜਿਹੜੀ ਹੈ ਨਾ ਉਹ ਹਮੇਸ਼ਾ ਘਾਤਕ ਹੁੰਦੀ ਹੈ, ਉਹ ਸਹੀ ਨਹੀਂ ਹੁੰਦੀ, ਕਿਤੇ ਨਾ ਕਿਤੇ ਜਾ ਕੇ
ਉਹ ਫੈਨਸ ਨੇ ਜਿਹੜੇ ਆਪਸ ਦੇ ਵਿੱਚ ਉਹਨਾਂ ਦਾ ਤਕਰਾਰ ਨਹੀਂ, ਇਨਸਾਨੀ ਪ੍ਰਵਿਰਤੀ ਹੈ। ਇਹ ਇਹ ਫੇਸਬੁੱਕ ਤੇ ਮੈਂ ਤੇ ਗਾਲਾਂ ਲਿਖਿਆ ਸੀ ਕਿ ਉਹ ਲੜਾਈਆਂ ਗਏ ਹੁਣ ਸਾਈਟਾਂ ਤੇ ਫਾਈਟਾਂ ਨੇ, ਇੱਕ ਕਮੈਂਟ ਤੇ ਗਾਲਾਂ ਦੀ ਹੁਣ ਵਾਛੜ ਆ ਜਾਂਦੀ, ਸੈਲਫ ਕੌਨਫੀਡੈਂਸ ਤੇ ਸੈਲਫ ਹੀ ਮਰਵਾ ਜਾਂਦੇ। ਇਨਸਾਨ ਦੀ ਸੋੜੀ ਸੋਚ ਆ। ਵੈਸੇ ਦੇਖੋ ਜਦੋਂ ਜਦੋਂ 47 ਚ ਦੰਗੇ ਹੋਏ ਪਰ ਮੈਂ ਤੁਹਾਡੀ ਸੋਚ ਤੇ ਤੁਹਾਡੀ ਸਮਝ, ਤੁਹਾਡੀ ਜਿਹੜੀ ਗੱਲ ਕਰਨ ਦੀ ਨਾ ਹੈਗੀ ਆ ਇੱਕ ਕਿਸਮ ਦੇ ਨਾਲ ਪ੍ਰਵਿਰਤੀ ਮੈਂ ਕਹਾਂਗੀ ਇੱਕ ਕਿਸਮ ਦੇ ਨਾਲ ਨਾ, ਉਹਦੇ ਤੋਂ ਮੈਂ ਹਮੇਸ਼ਾ ਪ੍ਰਭਾਵਿਤ ਰਹੀ ਆ। ਗੀਤ ਮੈਂ ਤੁਹਾਡੇ ਸੁਣਦੀ ਆ ਪਰ ਜਿਹੜੇ ਮੇਰੇ ਰੂਹ ਨੂੰ ਬਹੁਤ ਜ਼ਿਆਦਾ ਚੰਗੇ ਲੱਗਦੇ ਆ, ਮੈਂ ਉਹਨਾਂ ਨੂੰ ਹਮੇਸ਼ਾ ਸੁਣਦੀ ਆ, ਮੇਰੀ ਗੱਡੀ ਚ ਵੀ ਹੈਗੀ। ਹਾਂ ਚੋਇਸ ਹੁੰਦੀ ਆ ਤੁਹਾਡੀ, ਬਿਲਕੁਲ ਮੈਂ ਆਹ ਸੁਣਨਾ ਗੀਤ, ਔਰ ਕਈ ਗੀਤ ਤੁਹਾਡੇ ਸੌਣ ਦੀ ਝੜੀ ਦੇ ਵਿੱਚ ਹੈ ਨਾ, ਤੇਰੇ ਨਾਲ ਨੱਚਣ ਨੂੰ ਜੀ ਕਰਦਾ। ਔਰ ਮੈਨੂੰ ਲੱਗਦਾ ਵੀ ਜਿਹਨੂੰ ਨਹੀਂ ਵੀ ਨੱਚਣਾ ਆਉਂਦਾ ਉਹ ਵੀ ਬੰਦਾ ਉਮਰ ਦੇ ਵਕਫੇ ਵੀ ਹੁੰਦੇ ਕਦੇ ਕਦੇ ਸਮਾਜ ਚ ਪਰਨੇ, ਪਰ ਜਿੱਦਾਂ ਤੁਹਾਡੇ ਮੁਲਕ ਹੈ ਤਾਂ ਬਹੁਤ ਓਪਨ ਹੈ, ਇੱਥੇ ਹੋਰ ਤਰ੍ਹਾਂ ਦੀ ਦੁਨੀਆ। ਪਰ ਕੁਛ ਗੀਤਾਂ ਦੀ ਜਿਹੜੀ ਵਰਡਿੰਗ ਹੈ ਜੋ ਤੁਸੀਂ ਲਿਖਦੇ ਹੋ ਜਦ ਤੁਸੀਂ ਰਿਕਾਰਡ ਕਰਵਾਉਣੇ ਹੁੰਦੇ ਆ, ਜਿੱਦਾਂ ਹੀ ਤੁਹਾਡੀ ਸੋਚ ਸਮਝ ਆ ਬੜੀ ਉੱਚੀ ਹੈ। ਮੈਨੂੰ ਲੱਗਦਾ ਕਿ ਫਿਲਾਸਫੀ ਹੈ ਨਾ ਜਿਹੜੀ ਕਿਸੇ ਵੀ ਇਨਸਾਨ ਦੀ, ਜਦੋਂ ਬੰਦਾ ਗੱਲਾਂ ਕਰਦਾ ਉਹਦੇ ਤੋਂ ਅਸੀਂ ਬਹੁਤ ਕੁਛ ਕੱਢ ਲੈਂਦੇ ਹਾਂ। ਜਿਵੇਂ ਹੁਣ ਮੈਂ ਤੁਹਾਡੇ ਨਾਲ ਬੈਠੀ ਹਾਂ, ਮੈਂ ਤੁਹਾਨੂੰ ਪਹਿਲੀ ਵਾਰੀ ਮਿਲੀ ਹਾਂ, ਇਸ ਤਰ੍ਹਾਂ ਤੁਹਾਨੂੰ ਮੈਂ ਸੁਣਦੀ ਜ਼ਰੂਰ ਹਾਂ, ਸਟੇਜੀ ਪ੍ਰੋਗਰਾਮ ਵੀ ਦੇਖੇ ਨੇ, ਪਰ ਤੁਹਾਡੀ ਗੱਲਬਾਤ ਦੇ ਵਿੱਚੋਂ ਮੈਨੂੰ ਕਈ ਕੁਝ ਐਸਾ ਝਲਕਦਾ ਵੀ ਇੱਕ ਭਰਾ ਵੀ ਬੋਲ ਰਿਹਾ, ਠੀਕ ਹੈ ਨਾ, ਇੱਕ ਇੱਕ ਬਾਪ ਵੀ ਹੋ ਸਕਦਾ, ਉਸ ਨਜ਼ਰ ਤੋਂ ਵੀ ਇਹਨੇ ਦੇਖਣਾ, ਉਸ ਨਜ਼ਰ ਤੋਂ ਵੀ ਸੋਚਣਾ। ਸੋ ਤੁਸੀਂ ਉਹ ਗੀਤ ਜਿਹੜਾ ਜਦੋਂ ਰਿਲੀਜ਼ ਕਰਨਾ ਹੁੰਦਾ, ਤੁਸੀਂ ਇਹ ਸਾਰੀਆਂ ਗੱਲਾਂ ਧਿਆਨ ਚ ਰੱਖਦੇ ਹੋ? ਨਹੀਂ, ਉਹਨੂੰ ਸਿਰਫ ਗੀਤ ਦੇ ਤੌਰ ਤੇ ਹੀ ਸਿਰਫ ਬਸ ਮਾਰਕੀਟ ਚ ਪਈ। ਜਦੋਂ ਤੁਸੀਂ ਕਿਸੇ ਗਾਣੇ ਨੂੰ ਲਿਖਦੇ ਹੋ ਉਦਾਂ ਦੇ ਤੁਹਾਡੇ ਅੰਦਰ ਵਿਚਾਰ ਚੱਲਦੇ ਰਹਿੰਦੇ ਆ, ਤਾਂ ਹੀ ਤੁਸੀਂ ਉਸ ਤਰ੍ਹਾਂ ਦੀ ਫੀਲ ਦੇ ਪਾਉਣਾ ਗਾਉਣ ਵੇਲੇ। ਜੇ ਮਾਂ ਬਾਪ ਲਈ ਗਾਣਾ ਕੋਈ ਗਾਉਣਾ ਤਾਂ ਉਸ ਤਰ੍ਹਾਂ ਦਾ ਇਮੋਸ਼ਨ ਤਾਂ ਹੋਊਗਾ ਤੁਹਾਡੇ ਅੰਦਰ, ਤਾਂ ਹੀ ਲਿਖੋਗੇ, ਇੱਦਾਂ ਤਾਂ ਲਿਖ ਨਹੀਂ ਸਕਦੇ। ਦੇਖੋ ਜਿਹੜਾ ਵਪਾਰਕ ਲਿਖਣਾ ਹੁੰਦਾ ਮਹਿਜ, ਉਹ ਵਪਾਰਕ ਦਾ ਪਤਾ ਲੱਗ ਜਾਂਦਾ ਕਿ ਵਪਾਰਕ ਹੈ। ਵਪਾਰਕ ਦਾ ਮਤਲਬ ਇਹ ਹੁੰਦਾ ਵੀ ਜੇ ਵਿਆਹ ਵਾਲੇ ਦਿਨ ਗੀਤ ਕੱਢਣੇ ਤਾਂ ਫਿਰ ਨੱਚਣ ਵਾਲੇ ਕੱਢਾਂਗੇ ਕਿਉਂਕਿ ਉੱਥੇ ਪ੍ਰੋਗਰਾਮ ਮਿਲਣਗੇ। ਮੈਂ ਤਾਂ ਇੱਦਾਂ ਕਦੇ ਸੋਚ ਕੇ ਨਹੀਂ ਕੱਢਿਆ। ਲੋਕਾਂ ਨੇ ਇੱਥੇ ਵੀ ਸਾਡੇ ਤਕਰੀਬਨ ਆਪਣੇ ਵੈਨਾਂ ਦੇ ਪਿੱਛੇ, ਟਰੱਕਾਂ ਦੇ ਪਿੱਛੇ ਲਿਖਵਾ ਲਿਆ ਇਹ ਬੱਬੂ ਮਾਨ ਦਾ ਗੀਤ ਹੈ, ਤੁਹਾਡੇ ਫੈਨਸ ਨੇ ਜਿਹੜੇ ਸਾਰੇ। ਤੁਹਾਨੂੰ ਵਾਕਈ ਹਥਿਆਰ ਵਗੈਰਾ ਰੱਖਣ ਦਾ ਸ਼ੌਕ ਹੈ? ਮੈਂ ਜੇ ਗੀਤ ਹੀ ਹੈ ਜਦੋਂ ਲਿਖਿਆ ਸੀ ਉਦੋਂ ਤਾਂ ਬਹੁਤ ਜ਼ਿਆਦਾ ਸੀ, ਹੁਣ ਨਾਰਮਲ ਹੋ ਗਿਆ। ਅੱਛਾ ਹੁਣ ਨਹੀਂ ਰੱਖਦੇ? ਜਦੋਂ ਦੇਖੋ ਬੜੀ ਦੋ ਤਰ੍ਹਾਂ ਦੇ ਸੱਭਿਆਚਾਰ ਹੈ, ਇੱਕ ਹਿਪੋਕ੍ਰੇਸੀ ਨਹੀਂ ਹੋਣੀ ਚਾਹੀਦੀ ਆਪਣੇ ਬਹੁਤ ਹੈ। ਜੀ ਜੀ, ਜਦੋਂ ਕੋਈ ਤੁਸੀਂ ਪਿੰਡ ਦੀ ਗੱਲ ਕਰਦਾ, ਜਵਾਨ ਮੁੰਡਾ ਜਿਹਦੇ ਘਰੇ 5-7 ਏਕੜ 10 ਕਿੱਲੇ ਜ਼ਮੀਨ ਦੇ ਉਹਨੇ ਚਿੱਟੇ ਕੱਪੜੇ ਜਦੋਂ ਪਾ ਲੈਂਦਾ, ਤੋ ਉਹ ਜਦੋਂ ਉਹ ਥੋੜਾ ਜਿਹਾ ਉਹ ਡਾਰ ਹੁੰਦਾ ਨਾ, ਫਿਰ ਉਹ ਮੋਟਰਸਾਈਕਲ ਦੀ ਡਿਮਾਂਡ ਕਰਦਾ ਜਾਂ ਜਗਾੜ ਲਾਉਂਦਾ ਵੀ ਮੋਟਰਸਾਈਕਲ। ਇਹ ਆਮ ਪ੍ਰਵਿਰਤੀ ਹੈ ਤੁਸੀਂ ਦੇਖੋ। ਜੇ ਥੋੜੇ ਜੇ ਵੱਧ ਪੈਸੇ ਤਾਂ ਉਹ ਜੀਪ ਦੀ ਵੀ ਕੋਸ਼ਿਸ਼ ਕਰਦਾ। ਤੇ ਜਦੋਂ ਉਹਨਾਂ ਜਦੋਂ ਵੋਟਾਂ ਦੇ ਦੌਰਾਨ ਚ ਕੋਈ ਆਮਦ ਹੁੰਦੀ ਹੈ, ਜਦੋਂ ਇਲੈਕਸ਼ਨਾਂ ਚ MLAs ਦੀ ਵੋਟਾਂ ਲਈ, ਤਾਂ ਕੋਈ ਨਾ ਕੋਈ ਕਿਸੇ ਦੇ ਨੇੜੇ ਤਾਂ ਹੁੰਦਾ, ਤਾਂ ਉਹਨਾਂ ਦੀ ਪਹਿਲੀ ਡਿਮਾਂਡ ਹੁੰਦੀ ਹੈ ਵੀ ਬਾਈ ਜੀ ਫਿਰ ਲਾਇਸੈਂਸ ਤਾਂ ਬਣਵਾ ਦਿਓ। ਇਹ ਇੱਕ ਜਵਾਨ ਮੁੰਡੇ ਦੀ ਪ੍ਰਵਿਰਤੀ ਸੀ ਉੱਥੇ। ਇਹ ਨੀ ਮੈਨੂੰ ਪਤਾ ਕਿ ਇਹਨਾਂ ਚੀਜ਼ਾਂ ਨਾਲ ਸਮਾਜ ਖਰਾਬ ਹੁੰਦਾ ਜਾਂ ਸਹੀ ਹੁੰਦਾ, ਇਹਦੀ ਜਜਮੈਂਟ ਤਾਂ ਸਭ ਤੋਂ ਵੱਡੇ ਕਰ ਸਕਦੇ ਹਾਂ, ਸਭ ਤੋਂ ਵੱਡੇ ਕਰ ਸਕਦੇ ਹਾਂ ਕੋਈ, ਜਾਂ ਕੋਈ ਵੱਡੇ ਬੁੱਧੀ ਜੀ ਅਦੀਬ ਕਰ ਸਕਦੇ ਹਾਂ, ਆਪਾਂ ਨਹੀਂ ਕਰ। ਪਰ ਹਾਂ ਨਹੀਂ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਇਹਦੇ ਤੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ, ਅਸੀਂ ਟਾਕ ਸ਼ੋ ਕਰਦੇ ਰਹਿੰਦੇ ਹਾਂ, ਰੇਡੀਓ ਤੇ ਵੀ, ਟੀਵੀ ਤੇ ਵੀ ਗੱਲ ਹੁੰਦੀ ਰਹਿੰਦੀ ਹੈ। ਅਸਲ ਚ ਗੀਤਾਂ ਦਾ ਪਈਆਂ, ਇਹ ਜਿਹੜੇ ਅਦੀਬ ਵਰਗ ਵਾਲੇ ਸੁੱਤੇ ਪਏ ਆ, ਇਹ ਕਦੇ ਨੀ ਬੋਲਦੇ। ਪਵਿੱਤਰ ਪਾਪੀ ਪੜਿਆ ਤੁਸੀਂ ਕਦੇ? ਫਿਰ ਉਹਦੇ ਹਿਸਾਬ ਨਾਲ ਤਾਂ ਬਹੁਤ ਵਲਗੈਰਿਟੀ ਫੈਲਾ ਰਿਹਾ ਉਹ, ਕਦੇ ਪਾਪੀ ਵੀ ਪਵਿੱਤਰ ਹੋ ਸਕਦਾ? ਗੁਰਦਿਆਲ ਸਿੰਘ ਵਰਗੇ ਜਿਹਨਾਂ ਨੂੰ ਵੱਡੇ ਵੱਡੇ ਅਵਾਰਡ ਮਿਲੇ ਹੋਏ ਆ, ਗਿਆਨਪੀਠ ਵੀ ਸ਼ਾਇਦ ਉਹਨਾਂ ਨੂੰ ਮਿਲਿਆ, ਉਹਨਾਂ ਦੇ ਨਾਵਲ ਤੁਸੀਂ ਪੜ੍ਹੋ, ਫਿਰ ਉਹਨਾਂ ਦੇ ਕਰੈਕਟਰ ਪੜ੍ਹੋ, ਫਿਰ ਤੁਸੀਂ ਗਾਰਗੀ ਦੇ ਪੜ੍ਹਿਓ ਨਾਵਲ, ਉਹ ਤਾਂ ਲਾਇਬ੍ਰੇਰੀਆਂ 'ਚ ਪਏ ਆ, ਫਿਰ ਉਹ ਕਾਹਤੇ ਪਏ ਆ? ਗਾਣਾ ਤਾਂ ਉਹਦੇ ਹਿਸਾਬ ਨਾਲ 0% ਵੀ ਨਹੀਂ ਆਉਂਦਾ।
ਪਰ ਪਾਠਕਾਂ ਦੀ ਗਿਣਤੀ ਘੱਟ ਹੁੰਦੀ ਹੈ ਨਾ ਫਿਰ? ਨਹੀਂ ਨਹੀਂ ਇਹ ਨਹੀਂ, ਸਰੋਤਿਆਂ ਨਹੀਂ, ਸਰੋਤਿਆਂ ਦੀ ਗਿਣਤੀ ਵੱਧ ਹੁੰਦੀ। ਦੇਖੋ ਸਰੋਤੇ ਨਹੀਂ, ਗੱਲ ਤਾਂ ਇਹ ਵੀ ਆਪਾਂ ਇਹ ਜਦੋਂ ਗੱਲ ਕਰਦੇ ਹਾਂ ਵੀ ਇਹ ਮੰਨ ਲਓ ਗੀਤ ਨੇ ਸਮਾਜ ਵਿਗਾੜਤਾ, ਤੇ ਜਿਹੜੀਆਂ ਕਿਤਾਬਾਂ ਪਈਆਂ ਫਿਰ ਇਹਨਾਂ ਨੂੰ ਫੂਕਦੇ ਕਿਉਂ ਨਹੀਂ? ਤੁਸੀਂ ਕਦੇ ਵਾਰਸ ਦੀ ਹੀਰ ਪੜ੍ਹੀ ਹੈ? ਮੈਂ ਅਸਲ ਚ ਦੇਸੀ ਹੀਰ ਲਿਖਣ ਦਾ ਬੜਾ ਚਾਹਵਾਂ ਸੀ ਬਹੁਤ ਦੇਰ ਤੋਂ। ਮੈਂ ਕਈਆਂ ਦੀ ਹੀਰ ਪੜ੍ਹੀ, ਜਿਹੜੇ ਸਾਡੇ ਬੰਦਿਆਂ ਨੇ ਲਿਖੀ ਉਹ ਵੀ ਪੜ੍ਹੀ। ਵਾਰਸ ਦੀ ਮੈਂ ਬਹੁਤ, ਵਾਰਸ ਸਾਹਿਬ ਦੀ ਬਹੁਤ ਵੱਡੇ ਸ਼ਾਇਰ ਹੈ ਉਸ ਵਕਤ, ਮੈਂ ਉਹਨਾਂ ਦੀ ਕਲਾ ਤੇ ਤਾਂ ਨਹੀਂ ਕੋਈ ਕਿੰਤੂ ਕਰ ਸਕਦਾ, ਬਟ ਮੈਂ ਲਿਖਣ ਦੀ ਗੱਲ ਕਰਾਂ। ਜਦੋਂ ਮਿਰਜ਼ਾ ਮਸੀਤ ਚ ਜਾਂਦਾ ਰਾਤ ਕੱਟਣ ਲਈ, ਜਿਹੜੀ ਉਹਦੇ ਸਵਾਲ ਤੇ ਜਵਾਬ ਹੈ, ਤੁਸੀਂ ਇੱਕ ਵਾਰੀ ਟੀਵੀ ਤੇ ਪੜ੍ਹਦੇ ਹੋ ਫਿਰ ਵੇਖਾ ਪਹਿਲਾਂ ਪੜ੍ਹ ਸਕਦੇ ਹੋ ਕਿ ਨਹੀਂ? ਹਾਲਾਂਕਿ ਉਹ ਅਰਬੀ ਚ ਹੈ, ਜਦੋਂ ਲੱਥਾ ਕਰੋਗੇ ਤੁਸੀਂ ਸਿਰ ਫੜ ਲੋਗੇ, ਫਿਰ ਉਹ ਕਹਿੰਦੇ, ਫਿਰ ਉੱਥੇ ਜਾ ਕੇ ਤੁਸੀਂ ਕਹਿ ਦਿੰਦੇ ਸ਼ਾਇਰ ਦੀ ਉਡਾਨ ਹੈ, ਇਹ ਤਾਂ ਲਿਖ ਸਕਦਾ, ਇਹਦੇ ਖਿਆਲ ਹੈ। ਕਾਸਟਿਜ਼ਮ ਨੂੰ ਕਿੰਨਾ ਬੜਾਵਾ ਦਿੱਤਾ ਉਹਨਾਂ ਨੇ, ਫਿਰ ਤੁਸੀਂ ਹੁਣ ਇਹ ਉਹਦਾ ਥਾਟ ਹੈ, ਉਹਨੂੰ ਤੁਸੀਂ ਕੱਢ ਵੀ ਨਹੀਂ ਸਕਦੇ ਕਿਉਂਕਿ ਕਾਨੂੰਨ ਤੁਸੀਂ ਕੱਢ ਨਹੀਂ ਸਕਦੇ ਕਿਸੇ ਦੀ ਲਿਖਤ, ਉਹਦੀ ਜਾਗੀਰ ਹੈ। ਬਟ ਮਸਲਾ ਕੀ ਹੈ ਕਿ ਪਰਦੇ ਦੇ ਸਾਹਮਣੇ ਨਾ ਜੀ, ਉਹ ਟਾਰਗੇਟ ਹੋ ਜਾਂਦਾ। ਪਰ ਗੱਲ ਤਾਂ ਇਹ ਹੈ ਨਾ ਬਾਬੂ ਮਾਨ ਜੀ, ਜਦੋਂ ਨਾਂ ਬਣ ਜਾਂਦਾ ਨਾ ਕਿਸੇ ਵੀ, ਚਾਹੇ ਉਹ ਰਾਈਟਰ ਦਾ ਹੋਵੇ, ਜਿਵੇਂ ਹੁਣ ਜਿਹੜੇ ਜਿਹੜੇ ਰਾਈਟਰਸ ਦਾ ਤੁਸੀਂ ਨਾਂ ਲਿਆ, ਜਦੋਂ ਨਾਂ ਬਣ ਜਾਂਦਾ ਨਾ ਇੱਕ ਮੁਕਾਮ ਤੇ, ਤੁਸੀਂ ਅੱਪੜ ਜਾਂਦੇ ਹੋ, ਸਟੇਬਲ ਹੋ ਜਾਂਦੇ ਹੋ ਤੁਸੀਂ, ਫਿਰ ਔਖਾ ਹੋ ਜਾਂਦਾ ਜੀ ਲੋਕਾਂ ਦਾ। ਮੈਂ ਤਾਂ ਮਾਤਾ ਦਾ ਦਰਜਾ ਦਿੰਦਾ ਹਾਂ ਹਮੇਸ਼ਾ ਆਪਦੇ ਬੱਚੇ ਨੇ, ਕਿਉਂਕਿ ਉਹਨਾਂ ਨੇ ਬੜੀ ਬੇਬਾਕੀ ਨਾਲ ਲਿਖਿਆ। ਅੰਮ੍ਰਿਤਾ ਪ੍ਰੀਤਮ ਦੇ ਜਿਹੜੇ ਰਸਾਲੇ ਛਪਦੇ ਸੀ, ਉਹਨਾਂ ਨੂੰ ਕਈ ਵੀਸੀਆਂ ਨੇ ਸਲਾਹ ਕਰਕੇ ਬੈਨ ਕਰਤਾ ਸੀ ਕਿ ਵਲਗਰ ਤੇ ਲੱਚਰ ਹੈ, ਤੇ ਉਹਨਾਂ ਨੂੰ ਇਹ ਪੂਰੀ ਹਿੰਦੁਸਤਾਨ ਦੇ ਸਭ ਤੋਂ ਵੱਡੇ ਅਵਾਰਡ ਮਿਲੇ ਫਿਰ ਬਾਅਦ ਚੋਂ। ਮਤਲਬ ਕੋਈ 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 ਵਿਧੀ ਵਿਧਾਨ ਹੈ ਇਹਨਾਂ ਚੀਜ਼ਾਂ ਲਈ? ਕਿਤੇ ਵੀ ਹੈ ਨੀ ਨਾ, ਨਹੀਂ ਉਹ ਹੋਣਾ ਚਾਹੀਦਾ, ਬੈਲੈਂਸ ਨਹੀਂ ਕਰ ਪਾਉਂਦੇ ਕਿਤੇ ਵੀ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਤੁਸੀਂ ਵੀ ਤੋਂ ਵੱਡੇ ਹੋ, ਜਾਂ ਮੰਨ ਲਓ ਆਪਾਂ ਕਹਿੰਦੇ ਕਿ ਵੈਪਨ ਦੇ ਗੀਤ ਨਾਲ ਸਮਾਜ ਵਿਗੜਦਾ, ਆਪਾਂ ਕਹਿੰਦੇ ਓਕੇ ਚਲੋ ਨਹੀਂ, ਆਪਾਂ ਉਹ ਗੱਲ ਨਹੀਂ ਜਿਹਦੇ ਨਾਲ ਸਮਾਜ ਸੁਧਰਦਾ। ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਧਰਮ ਦੇ ਨਾਂ ਤੇ, ਆਜ਼ਾਦ ਦੇ ਨਾਂ ਤੇ ਇੰਨਾ ਇੰਨਾ ਦੰਗਾ ਹੁੰਦਾ, ਇੱਕ ਮਨਿਓਰਿਟੀ ਤੇ ਧਾਵਾ ਬੋਲ ਦਿੱਤਾ ਜਾਂਦਾ, ਉਦੋਂ ਤਾਂ ਕੋਈ ਗੀਤ ਨਹੀਂ ਚੱਲ ਆਉਂਦਾ। ਇਹਦਾ ਮਤਲਬ ਇਨਸਾਨ ਹੀ ਵਹਿਸ਼ੀ ਹੈ, ਆਪਣੀ ਸਹੂਲਤ ਨਾਲ ਸਾਰਾ ਕੁਝ ਬਣਾਇਆ। ਹੁਣ 47 ਚ ਤਾਂ ਕੁਝ ਵੀ ਨਹੀਂ ਸੀ, ਆਪਾਂ ਤਾਂ ਇਕੱਠੇ ਹੀ ਸੀ, ਤੇ ਅੱਜ ਆਪਾਂ ਉਸੇ ਹੱਦ ਤੇ ਇੱਧਰ ਖੜੇ ਮੋਮਬੱਤੀਆਂ ਬਾਲ ਰਹੇ ਹਾਂ ਕਿ ਯਾਰ ਅਸੀਂ ਇਕੱਠੇ ਹੋ ਜਾਈਏ। ਅੱਜ ਸਾਡਾ ਪੰਜਾਬ ਦੇਸ਼ ਕਿੱਥੇ ਤੱਕ ਜਾਣਾ ਸੀ, ਉਹ ਅਫਗਾਨਿਸਤਾਨ ਤੱਕ। ਅੱਛਾ, ਫੇਰ ਆ ਜਿਹੜਾ ਹੁਣ ਸੱਭਿਆਚਾਰਕ ਕਮਿਸ਼ਨ ਬਣ ਰਿਹਾ ਪੰਜਾਬ ਦੇ ਵਿੱਚ, ਪੰਜਾਬ ਪੁਲਿਸ ਦੀ ਡਿਊਟੀ ਲਾਤੀ ਇਹਨਾਂ ਨੇ, ਜਿਹੜੇ ਨਾਮੀ ਸਿੰਗਰ ਨੇ ਉਹਨਾਂ ਨੂੰ ਮਿਲੋ ਭਾਈ, ਉਹਨਾਂ ਦੇ ਘਰਾਂ ਚ ਜਾਓ, ਉਹਨਾਂ ਨਾਲ ਗੱਲਬਾਤ ਕਰੋ ਵੀ ਇਹੋ ਜਿਹੇ ਗੀਤ ਨਾ ਗਾਓ, ਇਹੋ ਜਿਹੇ ਗੀਤ ਨਾ ਰਿਕਾਰਡ ਕਰੋ। ਨਹੀਂ ਨਹੀਂ, ਹੁਣ ਪਾਤਰ ਸਾਹਿਬ ਫਿਰ ਇਹਨਾਂ ਗੱਲਾਂ ਦਾ ਸਪਸ਼ਟੀਕਰਨ ਕਿਉਂ ਨਹੀਂ ਦਿੰਦੇ ਵੀ ਪਾਸਟ ਦੇ ਵਿੱਚ ਆਹ ਕੁਛ ਹੋ ਰਿਹਾ? ਉਹ ਵੀ ਤਾਂ ਇੱਕ ਬਹੁਤ ਨਾਮੀ ਰਾਈਟਰ ਨੇ, ਉਹਨਾਂ ਨੂੰ ਉਦਾਹਰਣਾਂ ਦੇ ਦੇ ਕੇ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਨਾ ਹੁਣੇ। ਦੇਖੋ ਆਪਣੇ ਸਾਰੇ ਆਪਣੇ ਵੱਡੇ, ਕਿਸੇ ਦਿਨ ਜਿਸ ਦਿਨ ਇਹ ਕਾਨੂੰਨ ਪਾਸ ਹੋਊਗਾ ਮੈਂ ਵੀ ਬਹਿ ਜਾਊਂਗਾ ਭੀੜ ਚ ਜਾ ਕੇ, 10-4 ਸਵਾਲ ਮੈਂ ਵੀ ਪੁੱਛ ਲੂੰਗਾ ਨਾ। ਦੇਖੋ ਜਿਹੜਾ ਲਾ ਅਬਾਈਡਿੰਗ ਸਿਟੀਜਨ ਹੁੰਦਾ ਨਾ, ਉਹ ਕਦੇ ਵਿਰੋਧ ਤਾਂ ਨਹੀਂ ਕਰਦਾ ਹੁੰਦਾ ਸਿਸਟਮ ਦੀ। ਤੁਸੀਂ ਵੈਨਕੂਵਰ ਰਹਿੰਦੇ ਹੋ, ਜੇ ਤੁਹਾਨੂੰ ਪੁਲਿਸ ਨੇ ਕਹਿਤਾ ਵੀ 2 ਬੈਲਟਾਂ ਲਾਉਣੀਆਂ ਵੀ ਇਹ ਸੇਫ ਹੈ, ਤੁਸੀਂ ਲਾ ਲਓਗੇ, ਕਿਉਂਕਿ ਤੁਸੀਂ ਕਾਨੂੰਨ ਚ ਰਹਿਣ ਵਾਲੇ ਬੰਦੇ ਹੋ, ਟੈਕਸ ਪੇ ਹੋ। ਤੇ ਮੈਨੂੰ ਲੱਗਦਾ ਕਿ ਜੇ ਉਹਨਾਂ ਨੂੰ ਲੱਗਦਾ, ਪਰ ਮਸਲਾ ਹੁਣ ਇਹ ਹੈ ਕਿ ਜਿਹੜੇ ਹੁਣ ਤੱਕ ਗਾਣੇ ਇਹ ਵੀ ਤਾਂ ਸੈਂਸਰ ਨੇ ਪਾਸ ਕੀਤੇ ਆ, ਇਹ ਤਾਂ ਬੰਬੇ ਤੋਂ ਪਾਸ ਹੋ ਕੇ ਆਉਂਦੇ, ਹੁਣ ਤਾਂ ਦਿੱਲੀ ਵੀ ਬੋਰਡ ਬਣ ਗਿਆ। ਜਿੰਨੇ ਵੀ ਗਾਣੇ ਪੰਜਾਬ ਚੱਲੇ ਪਿਛਲੇ 20 ਸਾਲ ਚ ਸੈਂਸਰ ਤੋਂ ਵੀਡੀਓ ਤੇ, ਉਹ ਪਾਸ ਹੈ। ਫਿਰ ਤੁਸੀਂ ਇਹਦਾ ਮਤਲਬ ਆਪਦੇ ਕਾਨੂੰਨ ਨੂੰ ਗਲਤ ਕਹਿ ਰਹੇ ਹੋ। ਅੱਛਾ, ਜੇ ਸਟੇਟ ਗੌਰਮੈਂਟ ਨੂੰ ਲੱਗਦਾ ਕਿ ਅਸੀਂ ਨਵਾਂ ਲਾਅ ਬਣਾਉਣਾ ਚਾਹੁੰਦੇ, ਹੁਣ ਸਟੇਟ ਗੌਰਮੈਂਟ ਤਾਂ ਬਣਾ ਦੂਗੀ, ਹੁਣ ਹਰਿਆਣੇ ਚ ਕਿੱਦਾਂ ਬਣਾਓਗੇ ਤੁਸੀਂ, ਚੰਡੀਗੜ੍ਹ ਯੂਟੀ ਉੱਥੇ ਕਿੱਦਾਂ ਬਣਾਵਾਂਗੇ? ਕਿ ਚੈਨਲ ਤਾਂ ਦਿੱਲੀ ਤੇ ਬੰਬੇ ਤੋਂ ਚੱਲਦੇ ਨਾ ਜ਼ਿਆਦਾ, ਹੈ ਨਾ? ਸੋ ਇਹਦੇ ਲਈ ਇਹ, ਜੇ ਤੁਸੀਂ, ਮੈਨੂੰ ਲੱਗਦਾ ਜੇ ਸਟੇਟ ਕੋਈ ਕਾਨੂੰਨ ਬਣਾਉਂਦੀ ਹੈ, ਉਹ ਸਟੇਟ ਚ ਤਾਂ ਲਾਗੂ ਕਰ ਸਕਦੀ ਹੈ। ਹੁਣ ਜਿਹੜਾ ਪੰਜਾਬ ਚ ਨਹੀਂ ਰਹਿੰਦਾ, ਉਹ ਕੁਛ ਵੀ, ਹੁਣ ਮੰਨ ਲਓ ਇੱਕ ਬੰਦਾ ਕੈਨੇਡਾ ਰਹਿੰਦਾ, ਇੱਥੋਂ ਗਾਈ ਜਾਂਦਾ ਉਹ ਸ਼ਰਾਬ ਦੇ ਗਾਣੇ, ਉਹਦੇ ਤੇ ਕਿੱਦਾਂ ਨਕੇਲ ਪਊਗੀ, ਹੈ ਨਾ? ਪਰ ਨਕੇਲ ਪੈ ਨਹੀਂ ਸਕਦੀ ਮਾਨ ਸਾਹਿਬ, ਗੱਲ ਕੀ ਹੈ ਵੀ ਹੁਣ ਸੱਭਿਆਚਾਰਕ ਜਿਹੜਾ, ਨਹੀਂ ਨਹੀਂ, ਜਿਹੜਾ ਕਮਿਸ਼ਨ ਵੀ ਬਣਿਆ ਉਹਦੇ ਵਿੱਚ ਕੁਛ ਇੱਕ ਬੰਦੇ ਇਹੋ ਜਿਹੇ ਉਹਨਾਂ ਨੇ ਬਿਠਾ ਲਏ ਨਾਲ, ਜਿਨ੍ਹਾਂ ਦੇ ਪਹਿਲਾਂ ਆਪਣੇ ਗੀਤ ਉਹ ਜਿਹੇ ਰਿਕਾਰਡ ਹੋਏ ਹੋਏ ਨੇ, ਹੁਣ ਲੋਕ ਉਹਨਾਂ ਦੇ ਕਿੰਤੂ ਪ੍ਰੰਤੂ ਕਰਦੇ ਨੇ, ਆਏ ਦਿਨ ਸਵਾਲ ਉੱਠਦੇ ਆ। ਇਸ ਤਰ੍ਹਾਂ ਦੇ ਹੁੰਦੇ ਆ ਸਮਾਜ ਚ, ਅਸੀਂ ਤਾਂ ਬੈਕ ਬੈਂਚਰ ਆ, ਮੈਂ ਤਾਂ ਹਮੇਸ਼ਾ ਤੋਂ, ਜੀ ਜੀ, ਮੈਂ ਤਾਂ ਉਹ ਹਾਂ ਵੀ ਆਪਦਾ ਕੰਮ ਕਰਦੇ ਆ, ਇਸ ਤੇ ਕ੍ਰੈਡਿਟ ਵੀ ਨਹੀਂ ਕਦੇ ਲਿਆ, ਬਹੁਤ ਪਿੱਛੇ ਵਾਲਿਆ। ਪਰ ਸਰਕਾਰ ਜਦੋਂ ਕੋਈ ਵੀ ਏਦਾਂ ਦਾ ਕੰਮ ਕਰਦੀ ਹੈ ਤਾਂ ਬਹੁਤ ਮੌਸਮੀ ਲੋਕ ਹੁੰਦੇ ਆ, ਜਿਹੜੇ ਹਰ ਸਰਕਾਰ ਚ ਮੂਹਰੇ ਹੁੰਦੇ ਆ, ਤੇ ਸਾਡੀ ਬਦਕਿਸਮਤੀ ਅਸੀਂ ਹਰ ਸਰਕਾਰ ਚ ਪਿੱਛੇ ਹੁੰਦੇ ਆ। ਤੋ ਲਾ ਅਬਾਈਡਿੰਗ ਸਿਟੀਜਨ ਹਮੇਸ਼ਾ ਕਾਨੂੰਨ ਮੰਨਦਾ, ਬਟ ਮੇਰਾ ਮੰਤਵ ਇਹ ਹੈ ਕਿ ਜੇ ਸਟੇਟ ਕੋਈ ਲਾ ਬਣਾਉਂਦੀ ਹੈ, ਵੈਰੀ ਗੁੱਡ, ਆਪਾਂ ਉਹਦੇ ਨਾਲ ਹੈ, ਜੀ ਜੀ, ਹੈ ਨਾ? ਪਰ ਉਹ ਬਾਕੀ ਸਟੇਟਾਂ ਚ ਨਹੀਂ ਰੁਕਣਾ, ਤੁਹਾਡਾ ਗੀਤ ਮੈਂ ਸੁਣਦੀ ਸੀ ਕਿ ਨਹੀਂ ਮੌਜ ਲੱਭਣੀ ਮੌਜ ਪੰਜਾਬ ਵਰਗੀ,
ਇੱਕ ਪਾਸੇ ਤੁਸੀਂ ਬਾਹਰਲੇ ਮੁਲਕਾਂ ਦੀ ਬਹੁਤ ਸਿਫਤ ਕਰਦੇ ਹੋ ਵੀ ਇੱਥੇ ਰਹਿਣ ਸਹਿਣ, ਭਾਈ ਇੱਕ ਮੈਂ ਸਟੇਜ ਤੁਹਾਡੀ ਦੇਖੀ ਸ਼ੋਅ ਤੁਸੀਂ ਕਰਦੇ ਸੀਗੇ, ਤੁਸੀਂ ਕਿਹਾ ਵੀ ਭਾਈ ਉਹ ਗਾਣਾ ਸੀ ਜਿਹੜਾ ਤੁਸੀਂ ਕਿਤੇ 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 ਨਾ ਤੁਸੀਂ ਮੈਨੂੰ ਧਿਆਨ ਨਾਲ ਸੁਣਿਆ ਕਰੋ ਜੀ, ਉਹ ਗਾਣਾ ਫਿਲਮ ਦਾ ਗਾਣਾ ਸੀ, ਉਹ ਅਕੋਰਡਿੰਗ ਟੂ ਸਿਚੁਏਸ਼ਨ ਗਾਣਾ ਹੈ। ਓਕੇ, ਨਹੀਂ ਪੰਜਾਬ 'ਚ ਦੇਖੋ ਅਸੀਂ ਤਾਂ ਮੌਜ ਹੀ ਕਰਦੇ ਹਾਂ, ਅਸੀਂ ਤਾਂ ਆਪਣੇ ਖੇਤਾਂ 'ਚ ਬੈਠੇ ਹਾਂ, ਬਟ ਦੋ ਚੀਜ਼ਾਂ, ਸੱਚ ਨੂੰ ਸੱਚ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ ਨਾ ਚਾਹੀਦਾ। ਅਸੀਂ ਜਿੱਥੇ ਜੰਮੇ ਪਲੇ ਉਹ ਕਦੇ ਵੀ ਮਾੜਾ ਨਹੀਂ ਹੋ ਸਕਦਾ, ਪਰ ਜਦੋਂ ਹੁਣ ਉੱਥੇ ਸਾਡੇ ਪਾਣੀ ਮਾੜਾ ਹੋਊਗਾ, ਤੁਹਾਡੇ ਵਾਲਾ ਸਾਫ਼ ਹੋਊਗਾ ਤਾਂ ਸਾਨੂੰ ਕਹਿਣਾ ਤਾਂ ਪਊਗਾ ਨਾ ਵੀ ਤੁਹਾਡਾ ਪਾਣੀ ਸਾਫ਼ ਹੈ, ਸਾਡੇ ਹਵਾ ਪੋਲੂਟਡ ਆ ਸਾਨੂੰ ਕਹਿਣਾ ਤਾਂ ਪਊਗਾ ਵੀ ਤੁਹਾਡੇ ਵਾਲੀ ਹਵਾ ਬੜੀ ਕਲੀਅਰ ਹੈ। ਸੋ ਇਹ ਹੈ ਕਿ ਦੇਖੋ ਜਿੱਥੇ ਜਿਹੜਾ ਬੰਦਾ ਜਿਸ ਘਰ 'ਚ ਰਹਿੰਦਾ ਹੈ ਉਹਦੇ ਲਈ ਉਹ ਮਹਾਨ ਹੁੰਦਾ, ਜਿੱਥੇ ਰੋਜ਼ੀ ਰੋਟੀ ਖਾਧੀ, ਜਿੱਥੇ ਖਾ ਕੇ ਬੜੇ ਹੋਏ ਆ, ਤੇ ਬਾਕੀ ਉਹ ਗਾਣਾ ਸਿਚੁਏਸ਼ਨਲ ਸੀ, ਅਕੋਰਡਿੰਗ ਟੂ ਮੂਵੀ ਸੀ ਉਹ। ਅੱਛਾ, ਉਹ ਸ਼ਾਇਦ। ਅੱਛਾ ਮਾਨ ਸਾਹਿਬ, ਪਰਿਵਾਰ ਬਾਰੇ ਦੱਸੋ ਥੋੜਾ ਜਿਹਾ, ਲੋਕਾਂ ਨੂੰ ਕਿਉਰਿਓਸਿਟੀ ਹੋਏਗੀ। ਨਹੀਂ ਕਰਦਾ ਮੈਂ ਜ਼ਿਆਦਾ, ਮੈਂ ਬਸ ਸਿਰਫ ਪੇਸ਼ੇ ਦੀਆਂ ਗੱਲਾਂ ਕਰਦਾ ਜੀ। ਅੱਛਾ, ਨਹੀਂ ਘਰ ਦੇ ਵਿੱਚ ਨਹੀਂ ਕੋਈ ਗੱਲ ਹੀ ਨਹੀਂ ਕਰਦਾ ਜੀ, ਮੈਂ ਤਾਂ ਇਹਦੇ ਬਾਰੇ ਕਰਦਾ ਗੀਤਾਂ ਬਾਰੇ। ਓਕੇ, ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਕਿੱਦਾਂ ਦੇ ਤੁਹਾਡੇ ਪ੍ਰੋਜੈਕਟਸ ਨੇ, ਕਿੱਦਾਂ ਕਿੱਦਾਂ ਦੇ ਗੀਤਾਂ ਦੀ ਉਡੀਕ ਰੱਖੀ? ਅਗਸਤ ਸਪਟੰਬਰ 'ਚ ਇਹ ਟਰੱਕਰਸ ਦੀ ਹੈ, ਕੈਨੇਡਾ ਦੀ ਉਹ ਸ਼ੂਟਿੰਗ ਹੈ ਉਹਦੀ ਜ਼ਿਆਦਾ, ਬੜੀ ਅਲੱਗ ਜੀ ਫਿਲਮ ਹੈ, ਜਿਹਨੂੰ ਕਹਿ ਦਈਏ ਇਮੋਸ਼ਨਲ ਡਰਾਮਾ ਹੈ। ਓਕੇ, ਤਿੰਨ ਪੁਸ਼ਤਾਂ ਦੀ ਵੀ ਕਹਾਣੀ ਹੋ ਸਕਦੀ ਹੈ, ਮੇਰਾ ਖਿਆਲ ਉਹਦੇ ਤਿੰਨ ਤਰ੍ਹਾਂ ਦੇ ਕਰੈਕਟਰ ਉਹਦੇ 'ਚ ਪਲੇ ਕੀਤੇ ਹੈ, ਤੇ ਇਹ ਤੋਂ ਬਾਅਦ ਸੰਭਾਵਨਾ ਹੈ ਜੇ ਸਾਰਾ ਕੁਛ ਟਾਈਮ ਤੇ ਹੋ ਗਿਆ ਤਾਂ ਸਾਡੇ ਕੋਲ 2 ਮਹੀਨੇ ਵਿੱਚ ਖਾਲੀ ਹੈ ਜਿਹੜੇ ਜਿਹਦੇ 'ਚ ਅਸੀਂ ਫਿਲਮ ਕਰਨੀ ਹੈ, ਬਟ ਕਿਉਂਕਿ ਪੰਜਾਬ 'ਚ ਬਹੁਤ ਗਰਮੀ ਹੁੰਦੀ ਹੈ ਸਾਨੂੰ ਕਿਤੇ ਕਰਨੀ ਪਊਗੀ ਹਿੱਲ ਸਟੇਸ਼ਨ ਤੇ, ਜਾਂ ਉਹ ਤਜਾਕਿਸਤਾਨ ਸੋਚ ਰਹੇ ਹਾਂ ਕਿਉਂਕਿ ਉਹ ਜਿੱਦਾਂ ਦੇ ਉਹਨਾਂ ਨੂੰ ਪਹਾੜ ਚਾਹੀਦੇ ਆ ਉਹ ਉੱਥੇ ਹੈ, ਇਹ ਟਾਈਮ ਪੀਰੀਅਡ ਕਹਾਣੀ ਹੈ, ਮੈਂ ਤਾਂ ਹੀ ਦਾੜੀ ਵਾਲ ਵਧਾ ਰਹੇ ਹਾਂ। ਇਹ ਤਾਂ ਵੈਸੇ ਫੈਸ਼ਨ ਹੈ ਹੁਣ ਮੇਰੇ ਘਰ। ਨਹੀਂ, ਦਾੜੀ ਤਾਂ ਮੈਂ ਬਹੁਤ ਦੇਰ ਤੋਂ ਰੱਖਦਾ ਸੀ, ਕਿੰਨੇ ਸਾਲ ਹੋ ਗਏ, 7-8 ਸਾਲ ਤੋਂ, ਬਟ ਹੁਣ ਉਹ ਪੂਰੀ ਇੱਕ ਆਰਮੀ ਮੈਨ ਦੀ ਕਹਾਣੀ ਹੈ, ਉਹਨਾਂ ਦੀ ਦਾੜੀ ਵੱਡੀ ਸੀ, ਮੈਨੂੰ ਮੈਂ ਤਾਂ ਖਾਸੀ ਐਫਰਟ ਕਰਦਾ, ਸਾਡੇ ਦੋਸਤ ਆ ਸੰਘਾ ਸਾਹਿਬ ਇਹਨਾਂ ਨੂੰ ਪੁੱਛਦਾ ਤੇ ਵਾਲ ਵੀ ਵਧਾ ਰਿਹਾ ਤਾਂ ਕਿ ਪਿੱਛੋਂ ਕੱਟੇ ਨਾ ਦੇਖਣ, ਕਰੈਕਟਰ ਇੱਦਾਂ ਦਾ। ਅੱਛਾ, ਤੁਸੀਂ ਸਾਰੇ ਗੀਤ ਹੁਣ ਤੱਕ ਆਪਣੇ ਹੀ ਲਿਖੇ ਗਏ? ਜੀ ਭੈਣ ਜੀ ਜੀ। ਕਿਸੇ ਨੇ ਅੱਜ ਤੱਕ ਤੁਹਾਡੇ ਕੋਲ ਅਪਰੋਚ ਤਾਂ ਕਰਦੇ ਹੋਣਗੇ ਲੋਕ? ਨਹੀਂ, ਬਹੁਤ ਬੰਦੇ ਨੇ, ਮੈਂ ਹੈਲਪ ਕਰ ਦਿੰਦਾ ਇਨਡਾਇਰੈਕਟ ਵੇਚ, ਬਟ ਮੈਂ ਗਾਇਆ ਨਹੀਂ ਕਦੇ। ਸ਼ਿਵ ਕੁਮਾਰ ਉਹਨਾਂ ਦਾ ਗਾਇਆ ਸੀ ਲੌਂਗ ਟਾਈਮ ਬੈਕ, ਸ਼ਬਾਬ, ਤੇ ਕਾਫੀ ਗਜ਼ਲਾਂ ਗੁਜ਼ਲਾਂ ਮੈਂ ਪੈਂਡਾਊਨ ਤਾਂ ਕਰੀਆਂ ਹੋਈਆਂ ਕਈ ਅੱਛੇ ਸ਼ਹਿਰਾਂ ਦੀਆਂ, ਹੁਣ ਜਦੋਂ ਕਹਿੰਦੇ ਸੁਬਾਬੇ ਨਹੀਂ ਬਣਿਆ ਜੇ, ਭੱਜ ਨੱਠ ਕਈ ਵਾਰੀ ਹੋ ਜਾਂਦੀ ਹੈ। ਆਉਣ ਵਾਲੇ ਸਮੇਂ 'ਚ ਵੀ ਆਪਣੇ ਗਾਉਂਗੇ? ਆਪਣੇ ਪਿਆ ਸਟਾਕ ਬਹੁਤ ਹੈ, ਮੇਰੇ ਕੋਲ ਹਜ਼ਾਰਾਂ ਦੀ ਗਿਣਤੀ ਦਾ ਗਜ਼ਲਾਂ ਪਈਆਂ ਜਿਹੜੀਆਂ ਮੈਂ ਰਿਕਾਰਡ ਕਰਨੀਆਂ, ਵਕਤ ਹੀ ਨਹੀਂ ਮਿਲਿਆ। ਹੁਣ ਇਹ ਸਾਡੇ ਕੋਲ 1 ਸਾਲ ਹੈਗਾ, ਤਾਂ ਹੁਣ ਜਦੋਂ ਅਸੀਂ ਆਊਟਡੋਰ ਸ਼ੂਟ ਕਰਾਂਗੇ ਤਾਂ ਉਹ ਗੱਡੀ 'ਚ ਹੀ ਸਿਸਟਮ ਫਿਕਸ ਕਰ ਲੈਣਾ ਸੀ ਆਪਦਾ ਮਿਊਜ਼ਿਕ ਦਾ, ਜਦੋਂ ਦਿਨੇ ਸਾਨੂੰ ਵਕਤ ਮਿਲੂਗਾ ਤਾਂ ਅਸੀਂ ਗਜ਼ਲਾਂ ਗੁਜ਼ਲਾਂ ਉੱਥੇ ਕਰ ਲਾਂਗੇ, ਕਿਉਂਕਿ ਉੱਦਾਂ ਦਾ ਭੱਜ ਨੱਠ 'ਚ ਫਿਰ ਟਾਈਮ ਨਹੀਂ ਮਿਲਦਾ। ਓਕੇ, ਸੋ ਹੁਣ ਤੱਕ ਤੁਸੀਂ ਜੋ ਵੀ ਗਾਇਆ, ਤੁਹਾਨੂੰ ਲੱਗਦਾ ਵੀ ਤੁਹਾਡੀ ਰੂਹ ਦਾ ਗੀਤ ਹੈ ਜਿਹੜਾ ਤੁਸੀਂ ਗਾ ਲਿਆ ਕਿ ਗਾਉਣਾ ਹਜੇ? ਜਦੋਂ ਸੰਤੁਸ਼ਟ ਹੋ ਗਏ ਫਿਰ ਰਿਟਾਇਰ ਹੋ ਗਏ, ਸੰਤੁਸ਼ਟ ਨਹੀਂ ਹੋਣਾ ਚਾਹੀਦਾ ਸਾਨੂੰ। ਅੱਛਾ, ਕਿਉਂਕਿ ਬੁੱਧੀ ਵਕਤ ਨਾਲ ਸ਼ਾਰਪ ਹੁੰਦੀ ਹੈ, ਤੁਸੀਂ ਏਜ ਦੇ ਹਿਸਾਬ ਨਾਲ ਆਦਮੀ ਕਈ ਵਾਰੀ ਕੰਮ ਤੋਂ ਘੱਟ ਜਾਂਦਾ, ਵਰਜਿਸ਼ ਘੱਟ ਜਾਂਦੀ ਹੈ, ਸਲੋ ਹੋ ਜਾਂਦਾ, ਪਰ ਬੁੱਧੀ ਤੇਜ਼ ਹੁੰਦੀ ਹੈ। ਸੋ ਮੈਨੂੰ ਲੱਗਦਾ ਪਤਾ ਨਹੀਂ ਅਜੇ ਹੋਰ ਅੱਛੀਆਂ ਚੀਜ਼ਾਂ ਲਿਖਾਂਗੇ, ਕਿਉਂਕਿ ਗੀਤਾਂ ਦੇ ਵਿੱਚ ਜਿਵੇਂ ਬਾਕੀ ਕਿਸੇ ਵੀ ਫੀਲਡ ਦੇ ਵਿੱਚ ਨਾ ਤੁਸੀਂ ਹੁੰਦੇ ਹੋ ਤੇ ਸੰਤੁਸ਼ਟੀ ਨਹੀਂ ਬੰਦੇ ਨੂੰ ਹੁੰਦੀ ਜਿੰਨੀ ਦੇਰ ਤੱਕ ਤੁਸੀਂ 65 ਜਾਂ 70 ਦੇ ਨਹੀਂ ਹੋ ਜਾਂਦੇ, ਬੰਦੇ ਨੂੰ ਲੱਗਦਾ ਰਹਿੰਦਾ ਵੀ ਪ੍ਰਮੋਸ਼ਨ ਹੋ ਜੇ, ਹੋਰ ਹੋ ਜੇ, ਹੋਰ ਹੋ ਜੇ। ਸੋ ਗੀਤਾਂ ਦੇ ਵਿੱਚ ਮੇਰਾ ਬੜਾ ਟਾਈਮ ਸੈੱਟ ਹੈ ਵੀ ਮੈਂ ਆਹ ਕੰਮ ਕਰਨਾ, ਉਸ ਤੋਂ ਬਾਅਦ ਫਿਰ ਮੈਂ ਬਹਿ ਜਾਂਦਾ ਕਿ ਨਹੀਂ। ਉਹ ਤਾਂ ਮੈਂ ਵੈਸੇ ਉਦਾਹਰਣ ਦਿੱਤੀ ਹੈ ਤੁਹਾਡਾ, ਤਾਂ ਚਲੋ ਨਾ, ਪਰਮਾਤਮਾ ਦੀ ਬਹੁਤ ਬਖਸ਼ਿਸ਼ ਹੈ। ਮੈਂ ਤਜਰਬੇ ਐਕਚੁਅਲੀ ਮੈਨੂੰ ਅਲੱਗ ਅਲੱਗ ਤਰ੍ਹਾਂ ਦੀਆਂ ਸਾਊਂਡਸ ਦਾ ਬੜਾ ਸ਼ੌਕ ਹੈ, ਕਿਉਂਕਿ ਤੁਸੀਂ ਜਦੋਂ ਨੋਰਮਲੀ ਇਹ ਸ਼ਿਕਾਇਤ ਹੁੰਦੀ ਹੈ ਆਡੀਅੰਸ ਨੂੰ ਵੀ ਜਦੋਂ ਗਾਣੇ ਚੱਲਦੇ ਆ ਪੰਜਾਬੀ ਟੀਵੀ ਤੇ ਤਾਂ ਏਦਾਂ ਲੱਗਦਾ ਕਰੈਕਟਰ ਬਦਲ ਗਿਆ ਤੇ ਢੋਲਕੀ ਜੀ ਉਹੀ ਵੱਜੀ ਜਾਂਦੀ ਹੈ, ਤਾਂ ਤੁਸੀਂ ਮੈਂ ਹੁਣ ਹੁਣ ਜਿਹੜੇ ਗਾਣੇ ਆ ਤੁਸੀਂ ਬਾਕੀ ਉਹਨਾਂ ਨੂੰ ਬਹੁਤ ਬਰੀਕੀ ਨਾਲ ਸੁਣੋ, ਕਿਉਂਕਿ ਤੁਹਾਡੇ ਸਿਸਟਮ ਬੜੇ ਅੱਛੇ ਆ, ਉਹਦੇ 'ਚ ਪੈਨਿੰਗ ਪੂਨਿੰਗ ਤੁਹਾਨੂੰ ਸਾਰੀ ਸੁਣੂਗੀ, ਉਹਦੀ ਬੈਕਿੰਗ ਅੱਛੀ, ਤੁਹਾਨੂੰ ਇਹ ਪਤਾ ਲੱਗੂ ਕਿ ਰਿਦਮ ਵੀ ਅਲੱਗ ਹੋਊਗਾ, ਉਹਦਾ ਪੈਟਰਨ ਵੀ ਅਲੱਗ ਹੋਊਗਾ, ਉਹਦੀ ਬੈਕਿੰਗ ਦੇ ਟੋਨਸ ਵੀ ਅਲੱਗ ਹੋਣਗੇ, ਉਹਦੇ ਤੇ ਬਹੁਤ ਵਰਕ ਕਰਦੇ ਆ ਅਸੀਂ। ਅੱਛਾ, ਹੁਣ ਮੈਂ ਕੁਝ ਹੋਰ ਸੈਟਅਪ ਲਾ ਕੇ ਤਾਂ ਹੋਰ ਤਰ੍ਹਾਂ ਦੀ ਸਾਊਂਡ ਡਿਜ਼ਾਈਨ ਕਰਨ ਚਾਹੁੰਦਾ। ਅੱਛਾ, ਮੁਲਕ ਕਿਹੜਾ ਪਸੰਦ ਆਈ ਸਾਰੇ ਮੁਲਕਾਂ 'ਚੋਂ? ਕੈਨੇਡਾ, ਪੰਜਾਬੀ ਇੱਥੇ ਹੀ ਆ ਜ਼ਿਆਦਾ, ਹੁਣ ਕੈਨੇਡਾ ਹੀ ਕਹਿ ਸਕਦੇ ਹਾਂ, ਪੰਜਾਬ ਹੀ ਹੈ ਇਹ, ਇਹ ਜਿਹੜਾ ਗੀਤਾਂ 'ਚ ਪੰਜਾਬ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ, ਜਿਹੜੇ ਆਪਾਂ ਜਦੋਂ ਗਾਣੇ ਸੁਣਦੇ ਹੁੰਦੇ ਛੋਟੇ ਹੁੰਦੇ, ਉੱਦਾਂ ਦੇ ਖੂਬਸੂਰਤ। ਅੱਛਾ, ਜਿਸ ਦਿਨ ਨਗਰ ਕੀਰਤਨ ਸੀਗਾ ਤੁਸੀਂ ਉਦਣ ਇੱਥੇ ਸੀ ਸਰੀ ਦੇ ਵਿੱਚ? ਕਿਉਂਕਿ ਚਰਚਾ ਜੀ ਛਿੜੀ ਹੋਈ ਆ, ਲੋਕਾਂ ਨੇ ਵੀਡੀਓ ਵਗੈਰਾ ਬਣਾ ਕੇ ਪਾਈ ਆ ਵੀ ਹੈਲੀਕਾਪਟਰ ਉੱਪਰ ਘੁੰਮਦਾ ਰਿਹਾ ਤੇ ਬੱਬੂ ਮਾਨ ਹੈਲੀਕਾਪਟਰ ਚੜੇ ਨਹੀਂ ਆਏ ਤੱਕ ਜ਼ਿੰਦਗੀ 'ਚ, ਵੈਸੇ ਨਹੀਂ ਚੜਿਆ, ਚਲੋ ਵਕਤ ਹੀ ਨਹੀਂ ਮਿਲਿਆ। ਮੈਂ ਨਾ ਸਿਰਫ
ਜਿਹੜੇ ਲੋਕ ਲਾਈਨਾਂ ਹੋਲਡ ਕਰ ਰਹੇ ਨੇ ਜਾਂ ਆਪਾਂ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਵੇਲੇ ਵੇਖ ਸੁਣ ਰਹੇ ਨੇ, ਮੈਂ ਉਹਨਾਂ ਨੂੰ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ। ਅਸੀਂ ਤਾਂ ਬਾਅਦ ਆਏ ਆ ਆਪਣਾ ਜਲੂਸ ਜਿਸ ਦਿਨ ਆਪਣੇ 21 ਨੂੰ ਸੀਗਾ, 21 ਨੂੰ ਸੀਗਾ ਜੀ, 21 ਨੂੰ 21 ਅਪ੍ਰੈਲ ਨੂੰ ਅਸੀਂ ਤਾਂ ਬਾਅਦ ਚ ਆਏ, ਅਸੀਂ ਤਾਂ ਪਹਿਲਾਂ ਦੇ 25 ਦੀ ਰਾਤ ਆਏ ਜਾਂ 26 ਦੀ ਰਾਤ ਆਏ। ਅੱਛਾ, ਮੈਨੂੰ ਤਾਂ ਪਤਾ ਇਸ ਗੱਲ ਦਾ, ਮੈਂ ਇਹ ਸਪਸ਼ਟੀਕਰਨ ਸਿਰਫ ਲੋਕਾਂ ਨੂੰ ਜਿਨ੍ਹਾਂ ਨੇ ਇਹ ਵੀਡੀਓ ਹੈ ਜਿਹੜੀ ਯੂਟਿਊਬ ਤੇ ਵੀ ਪਾਤੀ ਹੈ। ਸੰਖੇਪ ਦੇ ਵਿੱਚ ਤੁਹਾਨੂੰ ਦੱਸਦਿਆਂ ਵੀ ਇਹ ਵੀਡੀਓ ਬਣਾ ਕੇ ਪਾਈ ਗਈ ਵੀ ਹੈਲੀਕਾਪਟਰ ਘੁੰਮਦਾ ਸੀ ਨਗਰ ਕੀਰਤਨ ਜਿੱਥੇ 5 ਲੱਖ ਦਾ ਇਕੱਠ ਹੋਇਆ ਹੋਇਆ ਸੀਗਾ, ਔਰ ਕਿਸੇ ਨੇ ਵੀਡੀਓ ਬਣਾ ਕੇ ਪਾਈ ਆ ਵੀ ਉਹਨਾਂ ਨੂੰ ਉੱਪਰ ਘੁੰਮਣ ਦੀ ਬਜਾਏ ਤੇ ਉਹਨਾਂ ਨੂੰ ਸੰਗਤ ਦੇ ਵਿੱਚ ਆ ਕੇ ਹਾਜ਼ਰੀ ਲਵਾਉਣੀ ਚਾਹੀਦੀ ਸੀ, ਔਰ ਉਹ ਯੂਟਿਊਬ ਤੇ ਵੀਡੀਓ ਚੜ ਗਈ ਆ ਜਿਹਦੇ ਲੱਖਾਂ ਹੀ ਸਿੰਗਰ ਸਾਰੇ ਲਿਖ ਲਿਓ ਪੇਪਰ ਤੇ ਤੁਸੀਂ ਕਿਸੇ, ਫਿਰ ਤੁਸੀਂ ਲੇਖਕ ਵੀ ਲਿਖ ਲਿਓ, ਜਿੰਨੇ ਵੀ ਬੁੱਧੀਜੀਵ ਵਰਗ ਦੇ ਕਿਸੇ ਇੱਕ ਨੇ ਵੀ ਮੇਰੇ ਤੋਂ ਵੱਧ ਸਮਾਜਿਕ ਜਾਂ ਧਾਰਮਿਕ ਪੱਧਰ ਤੇ ਗਾਇਆ ਜਾਂ ਲਿਖਿਆ ਹੋਵੇ, ਫਿਰ ਮੈਂ ਗਾਉਣੇ ਦੂਜੇ ਗਾਇਆ ਕਰੂੰਗਾ, ਫਿਰ ਮੈਂ ਇਹ ਛੱਡ ਦੂੰਗਾ ਸਮਾਜਿਕ ਗਾਉਣਾ। ਸਾਨੂੰ ਪਤਾ ਜੀ ਤੁਹਾਡੇ ਬਾਰੇ, ਸਾਨੂੰ ਤੁਹਾਡੀਆਂ ਲਿਖਤਾਂ ਬਾਰੇ ਸਭ ਕੁਝ ਪਤਾ, ਪਰ ਇਹ ਉਹਨਾਂ ਸਿਰਫ ਲੋਕਾਂ ਵਾਸਤੇ ਆ, ਸਪਸ਼ਟੀਕਰਨ ਹੈ ਜਿਨ੍ਹਾਂ ਲੋਕਾਂ ਦੇ ਸ਼ਾਇਦ ਕਮੈਂਟਸ ਵੀ ਉਸ ਵੀਡੀਓ ਤੇ ਲਿਖੇ ਹੋਏ ਸੀ। ਇਹ ਬੱਬੂ ਮਾਨ ਹੋਰਾਂ ਦੀ ਜ਼ੁਬਾਨੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇੱਥੇ ਕਿ 21 ਤਾਰੀਖ ਜਿੱਦਣ ਨਗਰ ਕੀਰਤਨ ਸੀ ਉਸ ਦਿਨ ਇਹ ਸਰੀ ਦੇ ਵਿੱਚ ਨਹੀਂ ਸੀ। ਇਹ ਤਾਂ ਵੈਸੇ ਬੜੀ ਹਾਸੋਹਣੀ ਗੱਲ ਆ, ਜਾਂ ਅੱਜ ਤਾਂ ਸਮਾਜ ਚ ਜਦੋਂ ਤੁਸੀਂ ਰੂਟ ਦੇਖੋ ਨਾ ਨਕਸ਼ਾ ਚੱਕ ਕੇ ਤਾਂ ਸੈਂਕੜੇ ਉੱਡਦੇ ਫਿਰਦੇ ਹਵਾ ਚ, ਨਹੀਂ ਉਹਦੇ ਤੇ ਤੁਹਾਡਾ ਨਾਮ ਵਗੈਰਾ ਲਿਖਿਆ ਹੋਇਆ ਸੀਗਾ ਵੀ ਤੁਹਾਡੇ ਸ਼ੋਅ ਦੀ ਐਡਵਰਟਾਈਜ਼ਮੈਂਟ ਵਗੈਰਾ ਹੋ ਰਹੀ ਸੀ। ਚਲੋ ਮੈਂ ਤਾਂ ਬੱਬੂ ਮਾਨ ਦਾ ਬੜਾ ਗਰੀਬ ਜਿਹਾ ਆਰਟਿਸਟ ਹੈ, ਇਹਦਾ ਤਾਂ ਮੰਨ ਲਓ ਇਹਦੇ ਜਹਾਜ਼ ਦੇ ਪਿੱਛੇ ਕੋਈ ਨਾਂ ਲਿਖਤਾ ਉਹਨੂੰ ਲਾ ਲਓਗੇ, ਉਹ ਫਿਰ ਜਿਹੜੇ ਦੂਜੇ ਕੈਨੇਡਾ ਸਰਕਾਰ ਦੇ ਚੱਲਦੇ ਉਹਨਾਂ ਨੂੰ ਕਿੱਦਾਂ ਲਵਾਓਗੇ। ਜੀ ਜੀ, ਹੈ ਨਾ। ਅੱਛਾ ਚਲੋ, ਤੁਹਾਡੀ ਜਿਹੜੀ ਦੇਖੋ ਜਿਹੜੇ ਖੱਚ ਕਿਸਮ ਦੇ ਲੋਕ ਹੁੰਦੇ ਨਾ, ਉਹ ਖੱਚ ਹੀ ਰਹਿੰਦੇ ਆ, ਉਹ ਚਾਹੋ ਤੁਸੀਂ ਇੱਥੋਂ ਗਾਹ ਭੇਜ ਦੋ ਹੋਰ ਉੱਤੇ ਮੰਗਲ ਗ੍ਰਹਿ ਤੇ ਛੱਡ ਆਓ, ਏਦਾਂ ਦੀਆਂ ਦੇਖੋ ਤੁਸੀਂ ਬੜੇ ਸਾਫ਼ ਸੁਥਰੇ ਮੁਲਕਾਂ ਚ ਰਹਿੰਦੇ, ਜਿਹੜੇ ਏਦਾਂ ਦੇ ਲੋਕ ਆ ਨਾ ਜਿਹੜੇ ਸਮਾਜ ਨੂੰ ਖਰਾਬ ਕਰਦੇ ਆ ਜਾਂ ਸਮਾਜ ਚ ਪਾੜਾ ਪਾਉਂਦੇ, ਇਹਨਾਂ ਨੂੰ ਸਾਡੇ ਕੋਲ ਹੀ ਛੱਡ ਆਓ, ਅਸੀਂ ਉੱਥੇ ਵਧੀਆ ਉੱਥੇ ਰੋਟੀ ਪਾਣੀ ਖਵਾਵਾਂਗੇ ਨਾਲ ਘੁਮਾਵਾਂਗੇ ਸੇਵਾ ਕਰਾਂਗੇ, ਇਹ ਤੁਸੀਂ ਨਾ ਰੱਖੋ ਇੱਥੇ, ਇਹ ਤਾਂ ਸਾਫ਼ ਮੁਲਕ ਹੈ, ਇਹਨਾਂ ਚ ਕਿਉਂ ਖੇਡਣਾ। ਨਹੀਂ ਅੱਜ ਤੋਂ ਬਾਅਦ ਤਾਂ ਮੇਰਾ ਖਿਆਲ ਹੈ ਵੀ ਇਹਨਾਂ ਨੂੰ ਖੁਦ ਬਖੁਦ ਆਪਣੇ ਆਪ ਹੀ ਚਲੇ ਜਾਣਾ ਚਾਹੀਦਾ ਜੇ ਇਸ ਤਰ੍ਹਾਂ ਦੀਆਂ ਮਤਲਬ ਨਜਾਇਜ਼ ਹੀ ਗੱਲਾਂ ਬਾਤਾਂ ਪਤਾ ਨਹੀਂ ਕਿੱਥੋਂ ਕੱਢ ਕੇ ਬਿਨਾਂ ਕਿਸਮਤੀ ਹੈ, ਦੋ ਬੰਦੇ ਕਾਮਯਾਬ ਹੁੰਦੇ ਮਿਹਨਤ ਕਰਕੇ, 10 ਬੰਦੇ ਉਹਨਾਂ ਨੂੰ ਖਿੱਚਣ ਤੇ ਲੱਗ ਜਾਂਦੇ, ਸਹੀ ਗੱਲ, ਰੈਦਰ ਦੈਨ ਉਹਨਾਂ ਨੂੰ ਖਿੱਚਣ ਤੇ 10 ਬੰਦੇ ਮਿਹਨਤ ਕਰਕੇ ਉਹਨਾਂ ਤੋਂ ਤਾਂ ਲੰਘ ਜਾਣਾ, ਹੈ ਨਾ। ਸਾਡਾ ਮੁਲਕ ਉੱਥੇ ਵੀ ਤਰੱਕੀ ਕਰ ਸਕਦਾ ਬਹੁਤ ਜੇ ਅਸੀਂ ਕਿਤੇ ਇਦਾਂ ਦੀ ਸੋਚ ਨਾ ਰੱਖਦੇ ਵੀ, ਇੱਥੇ ਤਾਂ ਮਜਬੂਰੀ 'ਚ ਵਧੀਆ ਸੋਚ ਰੱਖਣੀ ਪੈਂਦੀ ਹੈ ਸਾਨੂੰ। ਮਾਨ ਸਾਹਿਬ, ਇੱਥੇ ਇਹਨਾਂ ਮੁਲਕਾਂ ਦੇ ਵਿੱਚ ਸਿਸਟਮ ਬੜਾ ਸਟ੍ਰਿਕਟ ਹੈ ਜਿਹਦੀ ਵਜ੍ਹਾ ਕਰਕੇ ਸਾਨੂੰ ਸੋਚ ਵੀ ਆਪਣੀ ਬਦਲਣੀ ਪੈਂਦੀ ਹੈ, ਅਦਰਵਾਈਜ਼ ਅਸੀਂ ਘੱਟ ਨਾ ਕਰੀਏ। ਦੇਖੋ ਅੱਛਾ, ਖੱਚ ਲਫ਼ਜ਼ ਤੁਸੀਂ ਵਰਤਿਆ ਜੀ, ਇਹ ਕਿੱਧਰ ਵਰਤਿਆ ਜਾਂਦਾ, ਕੀ ਇਹਦਾ ਅਸਲ ਪਿੰਡਾਂ 'ਚ ਆਮ ਹੀ ਹੁੰਦਾ ਜਿਹੜਾ ਕਿਸੇ ਕੰਮ ਦਾ ਨਾ ਹੋਵੇ ਜਿਹਦਾ ਸਾਰਾ ਕੰਮ ਹੀ ਚੁਗਲੀਆਂ ਹੋਵੇ। ਸੋਹਣਾ ਲਫ਼ਜ਼ ਲੱਗਿਆ ਜੀ ਮੈਨੂੰ, ਮੈਂ ਪਹਿਲੀ ਵਾਰੀ ਸੁਣਿਆ, ਪਿੰਡਾਂ 'ਚ ਤਾਂ ਆਮ ਹੀ ਚੱਲਦਾ ਜੀ। ਅੱਛਾ, ਚਲੋ ਅਖੀਰ ਤੇ ਕੀ ਕਹਿਣਾ ਚਾਹੋਗੇ ਜੀ, ਆਪਣੇ ਕੋਲ 2-3 ਮਿੰਟ ਹੈਗੇ ਨੇ, ਸ਼ੋਅ ਦੇ ਬਾਰੇ ਸਾਨੂੰ ਥੋੜਾ ਜਿਹਾ ਹੋਰ ਦੱਸੋ ਵੀ ਕਿਸ ਤਰ੍ਹਾਂ ਦਾ ਮਟੀਰੀਅਲ ਐਤਕੀ ਤੁਸੀਂ ਲੈ ਕੇ ਆਏ ਹੋ, ਕੁਝ ਨਵਾਂ ਵੀ ਸੁਣਾਓਗੇ ਸਾਨੂੰ ਉੱਥੇ? ਸਾਰਾ ਕੁਝ ਨਵਾਂ ਹੁੰਦਾ ਹਰ ਵਾਰੀ, ਮੈਂ ਤਾਂ ਮੇਰੇ ਕੋਲ ਬੈਗ ਹੈ ਸ਼ਾਇਦ ਗੱਡੀ 'ਚ ਭਰੇ ਹੀ ਹੁੰਦਾ, ਮੈਂ ਦੱਸੋ ਕਿੰਨੇ ਗਾਣੇ ਸਰੀ ਤੇ ਲਿਖ ਦਾਂਗੇ ਆਪਾਂ, 2-4-5 ਕਿੰਨੇ ਚਾਹੀਦੇ, ਟਾਈਮ ਦੇਖਾਂਗੇ ਕਿਸ ਹਿਸਾਬ ਨਾਲ ਹੈ ਜੀ। ਸਾਡੀ ਤਾਂ ਹਰ ਸਟੇਜ 'ਤੇ ਬਹੁਤ ਕੁਝ ਨਵਾਂ ਹੁੰਦਾ, ਤੁਸੀਂ ਦੇਖਦੇ ਹੋ ਨਾ ਕਦੇ ਯੂਟਿਊਬ, ਤੁਹਾਨੂੰ ਵਕਤ ਮਿਲਿਆ ਜ਼ਰੂਰ ਵੇਖਿਓ, ਜਿੱਥੇ ਜਾਣਾ ਹੁੰਦਾ ਉਸ ਖਿੱਤੇ ਬਾਰੇ ਖਾਸਾ ਕੁਛ ਕੋਸ਼ਿਸ਼ ਹੁੰਦੀ ਹੈ ਕਿ ਵਧੀਆ ਗੱਲਾਂ ਕਰੀਏ। ਪੁਰਾਣੇ ਗੀਤਾਂ ਫਰਮਾਇਸ਼ਾਂ ਲੋਕਾਂ ਦੀਆਂ ਪੂਰੀਆਂ ਕਰਦੇ ਹੋ ਕਿ ਨਹੀਂ? ਚੱਲਦਾ ਤਾਂ ਪ੍ਰੋਗਰਾਮ ਲੋਕਾਂ ਦੇ ਹਿਸਾਬ ਨਾਲ ਸੁਣਦੇ, ਬਟ ਮੇਰੀ ਕੋਸ਼ਿਸ਼ ਹੁੰਦੀ ਹੈ ਹੁਣ ਇਸ ਵਾਰ ਜਿੱਦਾਂ ਸਾਰੇ ਗਾਣੇ ਨਵੇਂ ਆ ਪਹਿਲਾਂ ਇਹ ਪਰਫਾਰਮ ਕਰ ਦਾਂਗੇ, ਫਿਰ ਜਿਹੜਾ ਬਾਅਦ 'ਚ ਸਾਡੇ ਪਿੱਛੇ ਵਾਲੇ ਜਿਹੜੇ ਘੰਟੇ ਹੋਣਗੇ ਉਹਨਾਂ 'ਚ ਅਸੀਂ ਜੋ ਕਹਿਣਗੇ ਉਹੀ ਚੱਕ ਦਾਂਗੇ, ਗਾਣੇ ਬਹੁਤ ਹਨ ਮਾਰੇ ਜੀ। ਕਿੱਦਾਂ ਦਾ ਰਿਸਪੋਂਸ ਆ ਰਿਹਾ ਜੀ ਸੋ ਫਾਰ? 4-5 ਦਿਨ ਆਪਣੇ ਕੋਲ ਹੋਰ ਹੈਗੇ ਨੇ ਹਲੇ, ਪਰ ਮੈਨੂੰ ਲੱਗਦਾ ਵੀ PNE ਕੋਲਸੀਅਮ ਦੇ ਵਿੱਚ ਜਿੱਥੇ ਤਕਰੀਬਨ, ਦੇਖੋ PNE ਜੇ ਕੋਈ ਵਪਾਰਕ ਪੱਧਰ ਤੇ ਪ੍ਰੋਗਰਾਮ ਕਰੂਗਾ PNE ਨਹੀਂ ਕਰੂਗਾ, ਕਿਉਂਕਿ ਉਹਦੇ ਖਰਚੇ ਤਿੱਗਣੇ ਆ। ਐਪਸਪੋਰਟ ਜੇ ਐਪਸਪੋਰਟ ਦੇ ਖਰਚੇ ਜੇ 1 ਰੁਪਿਆ ਤਾਂ ਇੱਥੇ 4 ਰੁਪਏ ਆ। ਇਹ ਸਾਨੂੰ ਸ਼ੌਕ ਸੀ ਵੀ ਨਹੀਂ ਆਪਾਂ ਇੱਥੇ ਕਰੀਏ, ਕਿਉਂਕਿ ਇੱਕ ਤਾਂ ਪਿਛਲੀ ਵਾਰੀ ਬਹੁਤ ਮੁੜ ਗਏ ਸੱਜਣ,
ਤੇ ਦੂਜਾ ਇਹ ਵੀ ਇੱਥੇ ਟਾਊਨ ਨੇੜੇ ਲੱਗਦਾ ਆਵਾਜਾਈ ਸੌਖੀ ਹੈ ਜੇ ਕਿਸੇ ਕੋਲ ਰਾਈਡ ਹੈ ਨਹੀਂ ਤਾਂ ਉਹ ਟ੍ਰੇਨ ਫੜ ਲੂ ਜਾਂ ਹਨਾ ਕੋਈ ਸਟੂਡੈਂਟ ਹੈ ਤੇ ਤੀਜਾ ਇਹ ਵੀ ਜਦੋਂ ਇੱਥੇ ਗੋਰਿਆਂ ਦੇ ਹੁੰਦੇ ਆ ਪ੍ਰੋਗਰਾਮ ਤਾਂ ਸਾਡੇ ਵੀ ਇੱਥੇ ਹੋਣੇ ਚਾਹੀਦੇ ਤਾਂ ਕਿ ਅਸੀਂ ਵੀ ਇਸ ਉਹਦੇ ਚ ਆਪਦੇ ਨਾਂ ਲਿਖ ਸਕੀਏ ਪੰਜਾਬੀਆਂ ਦਾ ਵੀ ਸਾਡੇ ਵੀ ਸ਼ੋਅ ਬਹੁਤ ਵੱਡੇ ਆ ਬਈ ਸੋ ਇਸ ਪਰਪਸ ਨਾਲ ਸੋਚਿਆ ਸੀ ਕਿ ਇੱਥੇ ਹੋਇਆ ਜਾਵੇ ਕਿਉਂਕਿ ਇਹਨਾਂ ਦੀ ਸਿਕਿਉਰਿਟੀ ਬਹੁਤ ਟਾਈਟ ਹੈ ਇਸ ਵਾਰੀ ਸ਼ਰਾਬ ਦਾ ਵੀ ਨਹੀਂ ਹੋਣੀ ਚਾਹੀਦੀ ਉੱਥੇ ਮੇਰੇ ਖਿਆਲ ਚ ਅੱਛਾ ਕੀ ਕਹਿਣਾ ਚਾਹੋਗੇ ਜੀ ਸਾਡੇ ਹਜ਼ਾਰਾਂ ਸੁਣਨ ਵਾਲਿਆਂ ਨੂੰ ਤੁਹਾਡੇ ਜਿਹੜੇ ਫਾਲੋਅਰਸ ਨੇ ਤੁਹਾਡੇ ਫੈਨਸ ਨੇ ਸਾਰੇ ਸਿਆਣੇ ਜੀ ਹੁਣ ਤਾਂ ਸਾਰੇ ਵਾਈਜ਼ ਹੈ 10ਵੀਂ ਤੋਂ ਬਾਅਦ ਬੱਚੇ ਨੂੰ ਬਹੁਤ ਮੈਂ ਉਦਾਹਰਣਾਂ ਤੁਹਾਨੂੰ ਦਿੱਤੀਆਂ ਤਾਂ ਹੈ ਤੁਸੀਂ ਫੇਰ ਕਹਿੰਦੇ ਹੋ ਸਾਰੇ ਹੀ ਸਿਆਣੇ ਨੇ ਦੇਖੋ ਜਿਹੜੇ ਨਵੇਂ ਸਟੂਡੈਂਟ ਇੱਥੇ ਆਉਂਦੇ ਉਹ ਮਿਹਨਤ ਕਰੋ ਜੀ ਹਾਰਡ ਵਰਕ ਕਰੋ ਕਿਉਂਕਿ ਤੁਹਾਨੂੰ ਜਦੋਂ ਤੁਸੀਂ ਪੜ੍ਹਨ ਆਉਂਦੇ ਹੋ ਨਾ ਇੱਥੇ ਤਾਂ ਤੁਹਾਡੇ ਮਾਂ ਬਾਪ ਦੀ ਇਹ ਟੇਕ ਟਿਕ ਜਾਂਦੀ ਹੈ ਕਿ ਪੁੱਤ ਸੈੱਟ ਹੋ ਕੇ ਵੀ ਸਾਡਾ ਵੀ ਬੁਢਾਪਾ ਘਟਾਊਗਾ ਕਿਤੇ ਐ ਨਾ ਹੋਵੇ ਵੀ ਆਪਾਂ ਇਹਨਾਂ ਮੁਲਕਾਂ ਚ ਆ ਜਾਈਏ ਤੇ ਆਪਾਂ ਕੇਅਰਲੈਸ ਹੋ ਜਾਈਏ ਕੰਮ ਵੀ ਕਰੋ ਬਟ ਆਪਦੀ ਪੜ੍ਹਾਈ ਪੂਰੀ ਕਰਕੇ ਕੰਮ ਜ਼ਰੂਰ ਆਪਦਾ ਨੇਪਰੇ ਚਾੜੋ ਜਿਹੜਾ ਕਰਨ ਆਇਓ ਕਿਉਂਕਿ ਇੰਗਲੈਂਡ ਤੇ ਕੈਨੇਡਾ ਜੀ ਤੇ ਬਿਜ਼ਨਸ ਵਾਈਜ਼ ਵੀ ਕੰਸਟਰਕਸ਼ਨ ਵਾਈਜ਼ ਵੀ ਹਰ ਪਾਸੇ ਨੂੰ ਤੇ ਮੈਨੂੰ ਲੱਗਦਾ ਕਿ ਜਿਹੜੀਆਂ ਵੱਡੀਆਂ ਜੌਬਸ ਆ ਉੱਥੇ ਸਾਡੇ ਬੰਦੇ ਘੱਟ ਸੀ ਆਮ ਤੌਰ ਤੇ ਜਿਹੜੇ ਸਾਡੇ ਮਿੱਤਰ ਜਾਂ ਸਮਕਾਲੀ ਆ ਉਹ ਜ਼ਿਆਦਾ ਖੇਤੀ ਚ ਹੈ ਜਾਂ ਛੋਟੇ ਮੋਟੇ ਵਪਾਰ ਹੈ ਬਟ ਜਿਹੜੀਆਂ ਵੱਡੀਆਂ ਨੌਕਰੀਆਂ ਇਹਨਾਂ ਦੀਆਂ ਅੰਬੈਸੀ ਚ ਇਹ ਵੀ ਸਾਡੇ ਬੰਦਿਆਂ ਨੂੰ ਮਿਲਣ ਤੇ ਮੇਰਾ ਇਹ ਮੈਸੇਜ ਹੈ ਵੀ ਪੜ੍ਹਾਈ ਦੱਬ ਕੇ ਕਰੋ ਕਿਉਂਕਿ ਇਹ ਸਭ ਤੋਂ ਵੱਡਾ ਗਹਿਣਾ ਇੱਕ ਵਾਰੀ ਫੇਰ ਜੀ ਤੁਹਾਨੂੰ ਸ਼ੁਭੇ ਸ਼ਾਮਾਂ ਵੀਰ ਜੀ ਤੁਹਾਡਾ ਸ਼ੋਅ ਹੈ ਜਿਹੜਾ ਕਿਉਂਕਿ ਮਿਹਨਤ ਬੜੀ ਹੁੰਦੀ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਪਿੱਛੇ ਇੰਨੇ ਵੱਡੇ ਪੱਧਰ ਤੇ ਪ੍ਰੋਗਰਾਮ ਨੂੰ ਉਲੀਕਣਾ ਜਿਹੜਾ ਨਾ ਇਹ ਕੋਈ ਸੌਖਾ ਨਹੀਂ ਹੁੰਦਾ ਤੁਸੀਂ ਆਏ ਹੋ ਚੱਲ ਕੇ ਤੁਹਾਨੂੰ ਇੱਕ ਵਾਰੀ ਫੇਰ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਤੇ ਤੁਹਾਡੇ ਸ਼ੋਅ ਦੀ ਸਫਲਤਾ ਵਾਸਤੇ ਅਸੀਂ ਤੁਹਾਨੂੰ ਦੁਆਵਾਂ ਦਿੰਦੇ ਹਾਂ ਰਸ਼ੀਆ ਤੋਂ ਸਿੱਧਾ ਹੋਇਆ ਲਾਜ਼ਗਾ ਦੇ ਯਾਰ ਕੈਨੇਡਾ ਬਾਈਰੋ